सत श्री अकाल, तुसीं देख रहे हो तख्त पंजाब। मैं तुहाडे नाल सुखविंदर सिंह, मेरे नाल सरदार रणजीत सिंह कुकी गिल मौजूद ने। कुछ अहम मुद्दों के उत्ते चर्चा करांगे। स्वागत है तुहाडा गिल साहब। थैंक यू सो मच सुखविंदर। गिल साहब, सब तो पहला याद करांगे बाबा बंदा सिंह बहादुर नूं। सरकारां दे इश्तिहार तां जारी हो जांदे ने, तुसीं भी देखे होणे, असीं भी देखे, लोकां ने भी देखे होणे, वड्डे वड्डे पेज ते पंजाब दी हर अखबार, देश भर दे अखबारां च, हरियाणा ने भी इश्तिहार जारी किया, पंजाब सरकार ने भी किया। श्रोमणी कमेटी ने किन्ना याद किया जां पंथक सफां दे विच किस तरीके दे नाल उन्हां दी शहादत नूं याद किया गया, यह अपने आप च बहुत वड्डा सवाल है। जदों एक पासे इत्थे कुर्सी की लड़ाई जां गुरबाणी दे प्रसारण की लड़ाई चल रही है, जां फिर दुबारा तो सत्ता दे विच किवें आउणा आ उहदी लड़ाई चल रही है। मैं इश्तिहार पढ़ रहा सी कि पंजाब सरकार ने जो इश्तिहार दिता है उस जिक्र किया कि मुगल सल्तनत का जिस तरीके खात्मा किया, बेमिसाल लड़ाई लड़ी, उहदी गल की गई है। जे हरियाणा सरकार का इश्तिहार पढ़ो तो उहदे विच इस गल का जिक्र करते हैं कि मात भूमि की रक्षा के लिए आत्म बलिदान दिता है। वक्ो वक्रे तरीके जिन्हों जिमें सैट बहिंदा आ उवें शहीदां की शहादत नूं वरतदा आ। पंजाब के संदर्भ के जदों अज हालात इहो जे बने हुए ने, सिखां दे मसलियां नूं लैके पाकिस्तान च वड टुक हो रही है, विदेशां च सिखां दे कतल हो रहे ने, तां इह अपने आप दे विच बहुत वड्डे सवाल खड़े करदा है कि अज असीं सिख राज की प्राप्ति दे उस जो उहनां ने एक सुपना, मतलब कि जो स्थापित की सी सिख राज की, ਉਹਨੂੰ ਲੈ ਕੇ ਅੱਗੇ ਤੁਰਨ ਦੀ ਗੱਲ ਸੀ, ਤੇ ਅੱਜ ਅਸੀਂ ਕਿੱਥੇ ਖੜੇ ਆ। ਇਹ ਨਾ ਜਦੋਂ ਮੈਂ ਤਿਹਾਰ ਜੇਲ੍ਹ ਸੀ ਨਾ ਸੁਖਵਿੰਦਰ, ਪਹਿਲੇ ਇਸ ਗੱਲ ਤੇ ਟੌਪਿਕ ਤੇ ਆਉਣ ਤੋਂ ਪਹਿਲਾਂ ਮੈਂ ਅਮਰਤਾ ਪ੍ਰੀਤਮ ਦੀਆਂ ਕੁਛ ਲਾਈਨਾਂ ਪੜ੍ਹੀਆਂ ਸੀਗੀਆਂ, ਜਿਹੜੀਆਂ ਕਿ ਮੈਂ ਆਪਣੀ ਡਾਇਰੀ 'ਚ ਅੱਜ ਵੀ ਅੰਕਿਤ ਕੀਤੀਆਂ। ਅੱਜ ਮੈਂ ਉਹ ਮੇਰੇ ਸਾਹਮਣੇ ਨੇ ਕਿ ਉਹਨੇ ਲਿਖਿਆ ਸੀ ਵੀ ਕੱਲ੍ਹ ਰਾਤ ਅਜ਼ਲ ਦਾ ਪੀਰ ਆਇਆ ਤੇ ਮੈਨੂੰ ਇੱਕ ਕਿਰਨ ਦਾ ਤਾਵੀਜ਼ ਦੇ ਗਿਆ। ਇਹ ਜਿਹੜੀਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਯਾਦਾਂ ਨੇ, ਇਹਨਾਂ ਦੀਆਂ ਸ਼ਹਾਦਤਾਂ ਨੇ, ਇਹ ਸਾਡੇ ਲਈ ਇੱਕ ਬਹੁਤ ਵੱਡਾ ਸੰਦੇਸ਼ ਛੱਡ ਕੇ ਗਈਆਂ ਨੇ, ਅਤੇ ਮੈਂ ਉਹ ਤਵੀਜ਼ ਪਾ ਲੈਂਦੀ ਹਾਂ ਅਤੇ ਸਾਰਾ ਇਹ ਆਸਮਾਨ 'ਤੇ ਉਹਦੀ ਦਰਗਾਹ ਦਿਸਦੀ ਆ। ਇਸ਼ਕ ਦੀ ਸੀਰਨੀ ਲਾ ਕੇ ਮੈਂ ਦਰਗਾਹ ਤੋਂ ਜਾਂਦੀ ਹਾਂ, ਪਲਤ ਦੀ ਵਾਪਸੀ ਆਉਂਦੀ ਮੈਂ ਸਾਰੀ ਦੁਨੀਆ ਨੂੰ ਵੰਡ ਦਿੰਦੀ। ਇਸ ਤਰ੍ਹਾਂ ਦੇ ਸਾਡੇ ਅੱਗੇ ਸੰਦਰਭ ਛੱਡ ਗਏ ਕਿ ਦੁਨੀਆ ਦੇ ਇਤਿਹਾਸ ਵਿੱਚ ਜਿਸ ਤਰ੍ਹਾਂ ਦੀ ਇਹਨਾਂ ਦੀਆਂ ਲਾਸਾਨੀ ਕੁਰਬਾਨੀਆਂ ਨੇ ਆਪਣੀ ਸਿੱਖ ਕੌਮ ਲਈ ਕਿੱਡੀ ਮਾਣ ਵਾਲੀ ਗੱਲ, ਇਨਫੈਕਟ ਸਾਰੇ ਪੰਜਾਬ ਲਈ। ਅਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ 'ਚ ਆਇਆ ਅਤੇ ਇਹਨੇ ਫਤਿਹ ਕੀਤਾ ਸਰਹੰਦ ਨੂੰ ਆਪਣੀ ਮੁਸਲਗੜ੍ਹ ਵਿੱਚ, ਜਿਹੜਾ ਉੱਥੇ ਸ਼ਾਹਜਹਾਨ ਦੇ ਵੇਲੇ ਦਾ ਮੁਸਲ ਖਾਨ ਨੇ ਇੱਕ ਕਿਲ੍ਹਾ ਬਣਾਇਆ ਹੋਇਆ ਸੀ, ਉਸ ਕਿਲ੍ਹੇ ਨੂੰ ਪੂਰੀ ਤਰ੍ਹਾਂ ਸੰਗਤ ਦੀ ਸੇਵਾ ਦੇ ਨਾਲ ਨਵਾਂ ਇਹਨਾਂ ਨੇ ਸਿਰਜਿਆ, ਉਹਨੂੰ ਨਵਾਂ ਨਾਂ ਦਿੱਤਾ ਮੁਸਲਿਮ ਗੜ੍ਹ ਨੂੰ ਕਿ ਇਹ ਲੋਹਗੜ੍ਹ ਆ, ਜਿੱਥੇ ਅੱਜ ਚੰਡੀਗੜ੍ਹ ਦਾ ਰੇਲਵੇ ਸਟੇਸ਼ਨ ਆ ਉੱਥੇ ਨੇੜੇ ਇਹ ਅਸਥਾਨ ਆ ਜਿੱਥੇ ਲੋਹਗੜ੍ਹ ਸਾਡਾ ਕਿਲ੍ਹਾ ਸੀਗਾ, ਜਿਹੜੀ ਸਾਡੀ ਪਹਿਲੀ ਰਾਜਧਾਨੀ ਸੀ। ਉਹਨਾਂ ਨੇ 700 ਸਾਲ ਦੇ ਰਾਜ ਤੋਂ ਬਾਅਦ, ਗੁਲਾਮੀ ਦੇ ਰਾਜ ਤੋਂ ਬਾਅਦ ਪਹਿਲਾ ਇੱਕ ਆਜ਼ਾਦ ਪੰਜਾਬ ਦੇ ਵਿੱਚ ਲੋਕਾਂ ਦਾ ਰਾਜ ਸਥਾਪਿਤ ਕੀਤਾ ਸੀਗਾ, ਜਿਹੜਾ ਕਿ ਵਾਕਈ ਲੋਕ ਰਾਜ ਸੀ, ਕਿਉਂਕਿ ਉਹਨਾਂ ਦੀ ਫੌਜ ਦੇ ਵਿੱਚ ਤੁਰਕੀ ਤੋਂ ਲੈ ਕੇ, ਇਰਾਨ ਤੋਂ ਲੈ ਕੇ ਅਫਗਾਨਿਸਤਾਨ, ਕਾਬਲ ਤੋਂ ਲੈ ਕੇ ਕੰਧਾਰ ਤੋਂ ਲੈ ਕੇ ਮੁਲਤਾਨ ਤੱਕ ਦੇ ਵੀ 5000 ਮੁਸਲਮਾਨ ਉਹਨਾਂ ਦੇ ਨਾਲ ਫੌਜ 'ਚ ਰਲੇ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰੀਰ ਛੱਡਣ ਤੋਂ ਪਹਿਲਾਂ 1708 ਈਸਵੀ, ਅੱਜ 307 ਸਾਲ ਹੋ ਗਏ ਉਹਨਾਂ ਦੀ ਸ਼ਹਾਦਤ ਨੂੰ, ਆਪਣੇ ਕੋਲ ਕੋਈ ਉਹਨਾਂ ਦੀ ਨਿਸ਼ਾਨੀ ਨਹੀਂ, ਜਿਸ ਤਰ੍ਹਾਂ ਦੱਸਿਆ ਜਾ ਰਿਹਾ ਇਤਿਹਾਸਕਾਰ ਵੱਲੋਂ ਕਿ ਕੁਤਬ ਮੀਨਾਰ ਦੇ ਸਾਹਮਣੇ ਕਿਤੇ ਉੱਥੇ ਕੁਛ ਸਿੰਘ ਜੋ ਬਚੇ ਸੀਗੇ ਉੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ, ਪਰ ਸਾਡੇ ਕੋਲ ਉਹ ਜਗ੍ਹਾ ਦੀ ਕੋਈ ਨਿਸ਼ਾਨੀ ਨਹੀਂ ਹੈਗੀ ਕਿਤੇ ਵੀ, ਜਿਸ ਤਰ੍ਹਾਂ ਉਹਨਾਂ ਨੂੰ ਕੋਤਵਾਲੀ ਜਿਹੜੀ ਸੀਗੀ ਉਸ ਟਾਈਮ 'ਤੇ ਮੁਗਲਾਂ ਦੀ, ਅਤੇ ਉਹ ਹੈਗਾ ਰੇਲਵੇ ਸਟੇਸ਼ਨ ਜਿੱਥੇ ਦਿੱਲੀ ਦਾ ਹੁਣ ਹੈਗਾ, ਉਹਦੇ ਸਾਹਮਣੇ ਸਾਰੇ ਸਿੰਘਾਂ ਨੂੰ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋਹ ਕੋਹ ਕੇ ਮਾਰਿਆ ਗਿਆ ਸੀ। ਪਹਿਲੇ ਇਹਨਾਂ ਨੇ ਇਹਨਾਂ ਦੇ ਬੇਟੇ ਦਾ, ਭਾਈ ਅਜੇ ਸਿੰਘ ਦਾ, ਹੁਣ ਦਿਲ ਕੱਢ ਕੇ ਇਹਨਾਂ ਨੂੰ ਇਹਨਾਂ ਦੇ ਮੂੰਹ 'ਚ ਪਾਇਆ ਗਿਆ, ਫਿਰ ਇਹਨਾਂ ਦੀਆਂ ਅੱਖਾਂ ਕੱਢੀਆਂ,
ਫਿਰ ਇਹਨਾਂ ਦੀ ਖੋਪੜੀ ਉਤਾਰ ਕੇ ਉਹਦੇ ਉਹਨੂੰ ਵੱਢਿਆ, ਹੱਥ ਵੱਢੇ, ਪੈਰ ਵੱਢੇ। ਉਸ ਤੋਂ ਬਾਅਦ ਸ਼ਹਾਦਤ ਇਹਨਾਂ ਦੀ ਹੋਈ। ਉਹ ਨਾ ਤਾਂ ਜਿਹੜੀ ਰੇਲਵੇ ਸਟੇਸ਼ਨ ਅੱਗੇ ਸਾਡੇ ਕੋਲ ਕੋਈ ਜਗ੍ਹਾ ਹੈ ਜਿੱਥੇ ਅਸੀਂ ਦੱਸ ਸਕੀਏ, ਅੱਜ ਨਾ ਤਾਂ ਜਿਹੜੀ ਐਸ ਜੀ ਪੀ ਸੀ ਆ ਜਿਹੜੀ 28 ਸੈਕਟਰ ਦੇ ਵਿੱਚ ਆਪਣੇ ਆਫਿਸ 'ਚ ਬੈਠੀ ਆ ਕਿ ਕੱਲ੍ਹ ਨੂੰ ਅਸੀਂ ਕੀ ਪ੍ਰਸਤਾਵ ਲਿਆਉਣਾ। ਉਹਨਾਂ ਨੂੰ ਤਾਂ ਚਿੱਤ ਚੇਤੇ ਵੀ ਨਹੀਂ ਹੋਣਾ ਕਿ ਅੱਜ ਕਿਹੜਾ ਇਤਿਹਾਸਿਕ ਦਿਨ ਆ ਸਾਡਾ, ਜਦਕਿ ਉਹਨਾਂ ਨੂੰ ਜਿਹੜੇ ਪ੍ਰਧਾਨ ਨੇ ਐਸ ਜੀ ਪੀ ਸੀ ਦੇ ਜਿਹੜੇ ਹੁਣ ਜਿਹਨਾਂ ਨੂੰ ਜਥੇਦਾਰ ਬਣਾਇਆ ਅਕਾਲ ਤਖਤ ਦਾ, ਜਾਂ ਅਕਾਲੀ ਦਲ ਦਾ ਜੋ ਪ੍ਰਧਾਨ ਆ ਸੁਖਬੀਰ ਬਾਦਲ, ਉਹ ਇੱਕ ਕਾਹਦੀ ਲੜਾਈ ਲੜ ਰਹੇ? ਆਪਣੀ ਪਛਾਣ ਦੀ, ਕਿ ਮੇਰੀ ਅਪੀਅਰੈਂਸ ਕਿੱਦਾਂ ਦੀ ਹੋਣੀ ਚਾਹੀਦੀ, ਉਹਦੇ 'ਤੇ ਕੁਸ਼ਚਨ ਕਿਉਂ ਕਰ ਦਿੱਤਾ ਗਿਆ? ਆਹ ਇਹਨਾਂ ਦੇ ਪੈਟੀ ਪੋਲੀਟਿਕਸ ਨੇ। ਅਤੇ ਇਹਨਾਂ ਦੇ ਕੋਲੇ ਚੰਡੀਗੜ੍ਹ ਦੇ ਉਹ ਲੋਹਗੜ੍ਹ ਕਿਲ੍ਹਾ ਵੀ ਮੌਜੂਦ ਹੈਗਾ, ਪਤਾ ਨਹੀਂ ਉਹਦੀਆਂ ਰੈਮੀਨੈਂਟਸ ਹੁਣ ਹੈਗੀਆਂ ਕਿ ਨਹੀਂ। ਇਹਨਾਂ ਨਾ ਇਹਨਾਂ ਨੂੰ ਪਤਾ ਵੀ ਰੇਲਵੇ ਸਟੇਸ਼ਨ ਦਿੱਲੀ ਦਾ ਜਿੱਥੇ ਐਡੀ ਲਾਸਾਨੀ ਸ਼ਹਾਦਤ ਹੋਈ ਸੀਗੀ 25 ਜੂਨ 1714 ਦੇ ਵਿੱਚ, ਕਿ 1716 ਦੇ ਵਿੱਚ ਸ਼ਾਇਦ ਹੋਈ ਆ। ਇਹ ਚੀਜ਼ਾਂ ਦਰਸਾਉਂਦੀਆਂ ਨੇ ਕਿ ਅੱਜ ਸਾਡਾ ਪੰਥ ਖੜ੍ਹਾ ਕਿੱਥੇ ਆ। ਆਪਾਂ ਗੋਲਕਾਂ ਦੀ ਲੜਾਈ ਲੜ ਰਹੇ ਹਾਂ, ਆਪਣੀ ਗੁਰਬਾਣੀ ਪ੍ਰਸਾਰਨ ਨੂੰ ਆਪਾਂ ਮੰਡੀਆਂ 'ਚ ਭਾਅ ਲਾ ਰਹੇ ਹਾਂ, ਟੈਂਡਰ ਮੰਗ ਰਹੇ ਹਾਂ। ਅਤੇ ਜੇ ਕੋਈ ਉਸ ਪ੍ਰਥਾ ਨੂੰ ਬਦਲਣਾ ਚਾਹੁੰਦਾ ਵੀ ਉਹਨੂੰ ਫਰੀ ਕਰ ਦਿਉ, ਆਪਣੀ ਸਿੱਖ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਬਣਾਓ, ਆਟੋਨੋਮਸ ਬਾਡੀ ਬਣਾਓ। ਇੱਥੇ ਇਹਨਾਂ ਵੱਲੋਂ ਕੀ ਹੋ ਰਿਹਾ? ਮੰਡੀ ਲਾਈ ਜਾ ਰਹੀ ਆ, ਇੱਕ ਅਪੀਅਰੈਂਸ ਲਈ ਲੜਾਈ ਲੜੀ ਜਾ ਰਹੀ ਹੈ, ਕਿਉਂਕਿ ਉਹ ਸ਼ੋਰ ਨਹੀਂ ਕਿ ਮੇਰੀ ਦਿੱਖ ਕਿਹੜੀ ਹੋਣੀ ਚਾਹੀਦੀ ਆ, ਕਿਉਂਕਿ ਸਿੱਖ ਕੌਮ ਅਮਲਾਂ 'ਤੇ ਖੜ੍ਹੀ ਆ। ਤੁਹਾਡੇ ਕਰਮ ਕਿੱਦਾਂ ਦੇ ਨੇ, ਕੀ ਕਰਦੇ ਆ, ਤੁਹਾਡੇ ਕਿੱਦਾਂ ਦੇ ਕਮਲ ਨੇ, ਉਹਦੇ ਨਾਲ ਸਿੱਖ ਕੌਮ ਦਾ ਜਾਂ ਸਿੱਖ ਵਿਰਾਸਤ ਦਾ ਜਾਂ ਸਿੱਖ ਸੋਚ ਦਾ ਕੋਈ ਲੈਣਾ ਦੇਣਾ ਨਹੀਂ। ਪਰ ਇੱਥੇ ਮੈਂ ਦੇਖਦਾ ਇਹਨਾਂ ਦਾ ਇੱਕ ਯੂਥ ਲੀਡਰ ਆ ਫਰੀਦਕੋਟ ਤੋਂ, ਕਿਵੇਂ ਵੱਡੇ ਵੱਡੇ ਇਸ਼ਤਿਹਾਰ ਦਿਖਾ ਰਿਹਾ ਵੀ ਦੇਖੋ ਜੀ ਇੱਥੇ ਸਾਡੀ ਅਪੀਅਰੈਂਸ 'ਤੇ ਕੁਸ਼ਚਨ ਕੌਣ ਕਰ ਸਕਦਾ। ਇਹ ਕੁਸ਼ਚਨ ਤਾਂ ਹੋ ਰਹੇ ਨੇ ਕਿ ਤੁਸੀਂ ਆਪਣੇ ਅਮਲਾਂ 'ਤੇ ਨਹੀਂ ਖੜ੍ਹੇ, ਤੁਸੀਂ ਸਾਡੀ ਵਿਰਾਸਤ ਖਾ ਗਏ 1849 ਵਾਲੀ, ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸ਼ਹਾਦਤਾਂ ਭੁੱਲ ਗਏ ਜਿਹਨੇ ਪਹਿਲਾਂ ਸਿੱਖ ਰਾਜ ਦੀ ਨੀਂਹ ਰੱਖੀ ਅਤੇ ਬਕਾਇਦਾ ਲੋਕ ਰਾਜ ਚਲਾਇਆ, ਭਾਵੇਂ ਫਾਰਸੀ ਉਹਨਾਂ ਦੀ ਲੈਂਗੁਏਜ ਸੀ, ਸਿੱਕਾ ਚਲਾਇਆ ਬਾਬੇ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ। ਅਤੇ ਆਪਣੇ ਵੱਲੋਂ ਜਦੋਂ ਉਹਨਾਂ ਨੂੰ ਨੰਦੇੜ ਸਾਹਿਬ ਤੋਂ ਤੋਰਿਆ ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ ਦੇ ਵਿੱਚ ਆਪਣਾ ਸਰੀਰ ਛੱਡਣ ਤੋਂ ਪਹਿਲਾਂ, ਇਹਨਾਂ ਦੇ ਨਾਲ ਉਹਨਾਂ ਨੇ 5 ਸਿੰਘ ਭੇਜੇ ਸੀ। ਉਹਦੇ ਵਿੱਚ ਸੀਗੇ ਭਾਈ ਬਾਸ ਸਿੰਘ ਸੀਗੇ, ਭਾਈ ਵਿਨੋਦ ਸਿੰਘ ਸੀਗੇ, ਭਾਈ ਕਾਂਡ ਸਿੰਘ ਸੀਗੇ, ਭਾਈ ਸਾਹਿਬ ਸਿੰਘ ਦਇਆ ਸਿੰਘ ਸੀ ਅਤੇ ਭਾਈ ਰਣ ਸਿੰਘ ਸੀ, ਨਾਲ 20 ਸਿੰਘ ਭੇਜੇ ਸੀ। ਗੁਰੂ ਸਾਹਿਬ ਨੇ ਆਪਣਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਖੰਡਾ ਦਿੱਤਾ ਸੀਗਾ, ਇੱਕ ਆਪਣਾ ਉਹਨਾਂ ਨੇ ਨਾਲ ਨਿਸ਼ਾਨੀ ਦਿੱਤੀ ਸੀਗੀ, ਤੀਰ 5 ਤੀਰ ਦਿੱਤੇ ਸੀਗੇ ਅਤੇ ਨਗਾਰਾ ਦਿੱਤਾ ਸੀਗਾ, ਅਤੇ ਇੱਕ ਆਪਣੇ ਵੱਲੋਂ ਲਿਖਿਆ ਹੋਇਆ ਸੰਦੇਸ਼ ਦਿੱਤਾ ਸੀਗਾ, ਜਿਹੜਾ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਆਵਾਜ਼ ਮਾਰੀ ਸੀ ਵੀ ਹੁਣ ਮੌਕਾ ਆ ਗਿਆ ਕਿ ਹੁਣ ਆਪਾਂ ਆਪਣਾ ਰਾਜ ਅਸਟੈਬਲਿਸ਼ ਕਰਨਾ ਅਤੇ ਮੁਗਲ ਸਲਤਨਤ ਦੇ ਪੈਰ ਪੱਕੇ ਤੌਰ 'ਤੇ ਅਖਾੜ ਦੇਣੇ ਨੇ। ਪਰ ਉਹ ਕੁਛ ਕਾਰਨਾਂ ਕਰਕੇ ਜਦੋਂ ਤੁਰੇ ਆ ਬਾਬਾ ਜੀ, ਇਹ ਪੰਥ ਪ੍ਰਕਾਸ਼ ਵਿੱਚ ਲਿਖੀਆਂ ਹੋਈਆਂ ਚੰਦ ਲਾਈਨਾਂ ਨੇ, ਬੰਦੇ ਗੁਰਖੰਡਾ ਦਿਓ ਲਿਓ ਉਹਨੇ ਗੱਲ ਪਾਏ, ਖਾਲਸੋ ਦੇਖ ਸੋ ਬਿਟਰਿਓ ਤਿੰਨ ਖੰਡੋ ਲਿਓ ਸੁਣਾਏ। ਇਹ ਸੰਦੇਸ਼ ਲੈ ਕੇ ਬਾਬਾ ਜੀ ਚੱਲੇ ਸੀਗੇ। ਜਦ ਤੱਕ ਉਹ ਦਿੱਲੀ ਪਹੁੰਚੇ ਉਹਨਾਂ ਨਾਲ ਹਜ਼ਾਰਾਂ ਲੋਕ ਇਕੱਠੇ ਹੋ ਚੁੱਕੇ ਸੀ, ਜਦੋਂ ਪੰਜਾਬ 'ਚ ਆਏ ਤਾਂ ਉਹਨਾਂ ਦੀ ਫੌਜ ਤਕਰੀਬਨ 40,000 ਦੇ ਕਰੀਬ ਹੋ ਚੁੱਕੀ ਸੀ। ਫਿਰ ਹੌਲੀ ਹੌਲੀ ਇਹ ਕਾਫਲਾ ਵੱਧਦਾ ਗਿਆ, ਉਹਦੇ ਵਿੱਚ ਹਿੰਦੂ ਵੀ ਸੀਗੇ ਬਹੁਤ ਵੱਡੀ ਗਿਣਤੀ 'ਚ, ਉਹਦੇ ਵਿੱਚ ਰਾਜਪੂਤ ਵੀ ਸੀਗੇ, ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪਛੜੀਆਂ ਸ਼੍ਰੇਣੀਆਂ ਦੇ ਲੋਕ ਸੀਗੇ, ਜਿਨ੍ਹਾਂ ਨੂੰ ਪਹਿਲੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਦੀ ਸੋਚ ਮੁਤਾਬਕ ਬਰਾਬਰ ਦਾ ਰੁਤਬਾ ਦਿੱਤਾ, ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ, ਆਪਣਾ ਸਿੱਕਾ ਚਲਾਇਆ, ਕਰੰਸੀ ਚਲਾਈ ਅਤੇ ਆਪਣੀ ਮੋਹਰ ਬਣਾਈ ਜਿਹੜੀ ਪਾਤਸ਼ਾਹੀ ਦੀ ਮੋਹਰ ਸੀ, ਨਾਨਕ ਪਾਤਸ਼ਾਹੀ ਅਤੇ ਗੁਰੂ ਗੋਬਿੰਦ ਸਿੰਘ ਦੀ ਮੋਹਰ। ਅੱਜ ਮੈਨੂੰ ਦਿਖਾਓ ਵੀ ਕਿਤੇ
ਆਪਾਂ ਦੇਖਦੇ ਹਾਂ ਕਿ ਯੂਪੀ ਦੇ ਵਿੱਚ ਵੀਰ ਸਰਵਾਰਕਰ ਦਾ ਪੂਰਾ ਚੈਪਟਰ ਉਹਨਾਂ ਦੀਆਂ ਟੈਸਟ ਬੁੱਕਸ ਦੇ ਵਿੱਚ ਪੜ੍ਹਾਇਆ ਜਾ ਰਿਹਾ ਬਕਾਇਦਾ ਬੋਰਡ ਵੱਲੋਂ, ਇਹ ਗਵਰਨਮੈਂਟ ਦਾ ਆਰਡਰ ਆ। ਅਤੇ ਤੁਸੀਂ ਦੂਜੇ ਪਾਸੇ ਦੇਖ ਲਓ, ਸਾਡੇ ਇੱਥੇ ਲੰਮਾ ਚਿਰ 5 ਵਾਰ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਥ ਰਤਨ ਮਿਲੇ ਨੇ ਫਕਰੇ ਕੌਮ, ਕਿ ਸਾਡੇ ਕਿਸੇ ਟੈਸਟ ਬੁੱਕਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਚੈਪਟਰ ਹੈਗਾ, ਕੋਈ ਐਕਸਕਲੂਸਿਵ ਚੈਪਟਰ ਹੋਵੇ ਸਾਡੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਅਤੇ ਨੌਜਵਾਨੀ ਆ ਉਹਨਾਂ ਨੂੰ ਇਸ ਬਾਰੇ ਗਿਆਨ ਹੋਵੇ। ਉਹਨਾਂ ਦਾ ਲਾਸਾਨੀ ਜੀਵਨ ਸੀ, ਇੱਕ ਵੈਰਾਗੀ ਜਿਹੜਾ ਗੁਰੂ ਸਾਹਿਬ ਦੀ ਸ਼ੋਹ ਨਾਲ ਇੱਕ ਸਿੰਘ ਸਜਿਆ, ਆਪਾਂ ਵੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਿਆ, ਜੋ ਉਹਨਾਂ ਨੂੰ ਨਾਮ ਦਿੱਤਾ ਗਿਆ। ਅੱਜ ਜਿਹੜੀ ਹੈਗੇ ਆ ਰਾਮਗੜੀ ਸਮਾਜ ਆ ਜਿਹੜਾ ਉਹਨਾਂ ਨੂੰ ਆਪਣਾ ਵਾਰਸ ਸਮਝਦਾ, ਉਹ ਜਿਹੜੇ ਉਹਨਾਂ ਦੇ ਵਾਰਸ ਉਹ ਕਹਿੰਦੇ ਨੇ। ਅਤੇ ਜਿੱਥੇ ਤੱਕ ਸਿੱਖ ਸਮਾਜ ਦਾ ਹੈਗਾ, ਮੈਂ ਕਿਤੇ ਵੀ ਇਹ ਪੜ੍ਹਿਆ ਕੋਈ ਇਸ ਈਵੈਂਟ ਬਾਰੇ ਅੱਜ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਹੋ ਰਹੀ ਹੋਵੇ, ਕੋਈ ਉੱਥੇ ਸੰਗਤ ਜੁੜੀ ਹੋਵੇ, ਕੋਈ ਅਜਲਾਸ ਹੋ ਰਿਹਾ ਹੋਵੇ ਜਿੱਥੇ ਆਪਾਂ ਇੱਦਾਂ ਦੀਆਂ ਸ਼ਹਾਦਤਾਂ ਦੀਆਂ ਗੱਲਾਂ ਕਰ ਸਕੀਏ ਕਿ ਕਿੱਦਾਂ ਟੋਟੇ ਟੋਟੇ ਕਰਕੇ ਇਹਨਾਂ ਨੂੰ, ਇਹਨਾਂ ਦੇ ਨਾਲ ਤਕਰੀਬਨ 800 ਸਿੰਘ ਫੜਿਆ ਗਿਆ ਸੀਗਾ ਜਦੋਂ ਇਹਨਾਂ ਦੀ ਮਤਲਬ ਕਿ ਮੁਗਲ ਫੌਜ ਵੱਲੋਂ ਇਹ ਘੇਰੇ ਗਏ ਸੀ। ਇਹਨਾਂ ਨੂੰ 8 ਮਹੀਨੇ ਤੱਕ ਇਹਨਾਂ ਨੇ ਕਿਲ੍ਹੇ ਦੇ ਵਿੱਚ ਨੰਗਲਗੜੀ ਵਿੱਚ ਇਹ ਉੱਥੋਂ ਲੜਦੇ ਰਹੇ। ਇਹਨਾਂ ਦਾ ਸਾਰਾ ਰਾਸ਼ਨ ਮੁੱਕ ਗਿਆ ਭੁੱਖ ਧਿਆਈ ਦੇ ਨਾਲ, ਬਹੁਤ ਲੋਕ ਮਰਨ ਲੱਗ ਗਏ ਜਦ ਇਹਨਾਂ ਦੇ ਸੋਲਜਰਸ, ਤਾਂ ਫਿਰ ਇਹਨਾਂ ਨੇ ਇਹਨਾਂ ਨੂੰ ਮੁਗਲ ਫੌਜ ਨੇ ਕਾਬੂ ਕਰ ਲਿਆ। ਅਤੇ 15 ਮਾਰਚ ਇਹਨਾਂ ਨੂੰ 1716 ਨੂੰ ਦਿੱਲੀ ਵਿੱਚ 800 ਦੇ ਕਰੀਬ ਸਿੱਖ ਕੈਦੀਆਂ ਦੇ ਨਾਲ ਕਤਲੇਆਮ ਇਹਨਾਂ ਦਾ ਸ਼ੁਰੂ ਹੋਇਆ ਪਬਲਿਕ ਦੇ ਵਿੱਚ। ਤਕਰੀਬਨ ਰੋਜ਼ 100 ਸਿੰਘ ਸ਼ਹੀਦ ਕੀਤੇ ਜਾਂਦੇ ਸੀਗੇ। ਫਿਰ ਆਖਿਰਕਾਰ 3 ਮਹੀਨਿਆਂ ਬਾਅਦ 9 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਨਾਲ ਹੋਰ ਜੋ ਸਿੰਘ ਸੀਗੇ ਉਹਨਾਂ ਨੂੰ ਬਾਹਰ ਕਿਲ੍ਹੇ 'ਚੋਂ ਬਾਹਰ ਲਿਆਂਦਾ ਗਿਆ। ਅਤੇ ਉੱਥੇ ਰੇਲਵੇ ਸਟੇਸ਼ਨ ਦੇ ਸਾਹਮਣੇ, ਕੋਤਵਾਲੀ ਦੇ ਸਾਹਮਣੇ ਉੱਥੇ ਰੇਲਵੇ ਸਟੇਸ਼ਨ ਆ, ਮੈਨੂੰ ਨਹੀਂ ਪਤਾ ਉੱਥੇ, ਮੈਂ ਤਾਂ ਕਦੀ ਸੁਣੀ ਨਹੀਂ ਵੀ ਇੱਥੇ ਕੋਈ ਯਾਦਗਾਰ ਹੋਵੇ। ਇਹ ਮੇਰਾ ਖਿਆਲ, ਮੇਰੀ ਅਪੀਲ ਆ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਕਿ ਤੁਸੀਂ ਜਿੱਦਾਂ ਦੇ ਮਰਜ਼ੀ ਆਪਣੇ ਭੇਸ਼ ਬਦਲ ਲਓ, ਪਰ ਇਹ ਯਾਦਗਾਰਾਂ ਨਾ ਭੁੱਲੋ, ਇਹ ਸ਼ਹਾਦਤਾਂ ਨਾ ਭੁੱਲੋ, ਇਹ ਸਾਡੇ ਵਾਰਸਾਂ ਦੇ ਜੋ ਛੱਡ ਕੇ ਗਏ ਆ ਸਾਡੇ ਲਈ। ਮੈਂ ਤੁਹਾਨੂੰ ਕਿਹਾ ਨਾ ਬਈ, ਮੈਨੂੰ ਇੱਕ ਕਿਰਨ ਦਾ ਤਵੀਜ਼ ਦੇ ਗਿਆ ਸੀ ਬਾਬਾ, ਉਹ ਤਵੀਜ਼ ਨੂੰ ਆਪਾਂ ਆਪਣੇ ਗਲਾਂ 'ਚ ਪਾ ਲਈਏ, ਆਪਾਂ ਦਿਖਾਵਿਆਂ ਦੀ ਪਛਾਣਾਂ ਦੀ ਸਿਆਸ 'ਚੋਂ ਬਾਹਰ ਨਿਕਲੀਏ। ਜੋ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਿੱਖ ਦੀ ਡੈਫੀਨੇਸ਼ਨ ਲਿਖੀ ਹੋਈ ਆ, ਜਾਂ ਤਾਂ ਉਹਨੂੰ ਪੱਕੇ ਤੌਰ 'ਤੇ ਰੱਦ ਕਰ ਦਿੱਤਾ ਜਾਵੇ, ਜਾਂ ਫਿਰ ਉਹਦੀ ਡੈਫੀਨੇਸ਼ਨ ਨੂੰ ਇਹ ਦੱਸ ਦੇਣ ਵੀ ਉੱਥੇ ਜੋ ਡੈਫੀਨੇਸ਼ਨ ਲਿਖੀ ਆ ਵੀ ਸਿੱਖ ਉਹ ਆ ਜੋ 10 ਗੁਰੂਆਂ ਦੇ ਵਿੱਚ ਵਿਸ਼ਵਾਸ ਰੱਖਦਾ, ਆਸਥਾ ਰੱਖਦਾ, ਗੁਰੂ ਗ੍ਰੰਥ ਸਾਹਿਬ ਪ੍ਰਤੀ ਆਸਥਾ ਰੱਖਦਾ ਅਤੇ ਹੋਰ ਉਹ ਕਿਸੇ ਧਰਮ ਨੂੰ ਨਹੀਂ ਮੰਨਦਾ। ਉਹ ਹਰ ਇੱਕ ਜਿਹੜਾ ਇਨਸਾਨ ਹੈ ਇੱਦਾਂ ਦਾ, ਉਹ ਸਿੱਖ ਕੌਮ ਹੈ ਦਾ ਉਹਦਾ ਪਾਰਟ ਆ, ਸਿੱਖ ਆ, ਜਿਹਨੂੰ ਕਿ ਇਹ ਹੁਣ ਮੰਨਣ ਤੋਂ ਇਨਕਾਰੀ ਨੇ, ਕਿਉਂਕਿ ਇਹਨਾਂ ਅੱਗੇ ਪਛਾਣ ਹੈਗੀ ਆ ਸੂਰਤਾਂ ਦੀ, ਇਹਨਾਂ ਅੱਗੇ ਪਛਾਣ ਹੈਗੀ ਕੱਚ ਕੜਾ ਕਿਰਪਾਨ ਦੀ, ਕਿਉਂਕਿ ਇਹਨਾਂ ਦੀ ਇਸੇ ਚੱਕਰਾਂ ਕਰਕੇ ਆ ਮੇਰੇ ਵਰਗੇ 10 ਮਿਲੀਅਨ ਸਿੱਖ ਜਿਨ੍ਹਾਂ ਨੇ ਜ਼ਿੰਦਗੀ ਦਾ ਅੱਧਾ ਤੋਂ ਵੱਧ ਹਿੱਸਾ ਸਿੱਖ ਕੌਮ ਦੇ ਲੇਖੇ ਲਾਇਆ, ਜਦਕਿ ਸਾਡੇ ਕੋਲ ਤਾਂ ਅੰਗਾਰੇ ਮਾਂਗਣੇ ਆ ਇੱਥੇ ਰੋਸ਼ਨੀ ਕੀ ਬੀਜ ਆਪਣਾ ਗਰਨਾ ਜਲਾਤੇ ਤੋਂ ਕਿਆ ਕਰਦੇ। ਇਹਨਾਂ ਦੀਆਂ ਅੱਗਾਂ ਲਾਈਆਂ ਹੋਈਆਂ, ਸਾਡੇ ਸਿਰਾਣੇ ਆਈਆਂ, ਪਰ ਕਿਉਂਕਿ ਉਸ ਟਾਈਮ 'ਤੇ ਸਾਡੇ ਗੁਰੂ ਨੂੰ ਚੈਲੰਜ ਸੀਗਾ, ਇਸ ਕਰਕੇ ਅਸੀਂ ਘਰਾਂ ਘਰ ਛੱਡੇ ਆ। ਸਾਨੂੰ ਇਹ ਵੀ ਪਤਾ ਸੀ ਵੀ ਸਾਡੇ ਅੱਗੇ ਜਾਂ ਤਾਂ ਮੌਤ ਆ ਅਤੇ ਜਾਂ ਫਿਰ ਸਾਡੇ ਅੱਗੇ ਕੈਦ। ਉਮਰਾਂ ਦੀਆਂ ਅਸੀਂ ਇਹ ਪੈੜਾਂ ਚੱਕੀਆਂ, ਜਿਹੜੀਆਂ ਸਾਡੇ ਸੁੰਨੇ ਸੁੰਨੇ ਰਾਹ ਸੀ, ਕੋਈ ਉੱਥੇ ਦੀਂਦਾ ਨਹੀਂ ਸੀ, ਸਾਡੇ ਮਨ 'ਤੇ ਬੋਝ ਸੀ ਕਿ ਜੋ ਸਾਡੇ ਇੱਥੇ ਇਹਨਾਂ ਨੇ ਅੱਗਾਂ ਲਾਈਆਂ ਨੇ ਅਤੇ ਅੱਗਾਂ ਛੱਡ ਕੇ ਗਏ ਨੇ, ਅਸੀਂ ਵੀ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਚੈਲੰਜ ਕਰਨਾ ਜਿਨ੍ਹਾਂ ਨੇ ਇਹ ਅੱਗਾਂ ਸਾਡੇ ਲਾਈਆਂ, ਸਾਡੇ ਜ਼ਖਮ ਕੀਤੇ, ਸਾਡੇ ਜ਼ਖਮਾਂ ਨੂੰ ਅਖੇੜਿਆ। ਅਤੇ ਦੂਜੇ ਪਾਸੇ ਬਾਬਾ ਜੀ ਦਾ ਇਤਿਹਾਸ ਆ, ਆਪਣੇ ਕੋਲ ਮਾਨ ਮੱਤਾ ਇਤਿਹਾਸ ਆ ਸ਼ਹਾਦਤਾਂ ਦਾ। ਇਹ ਕਹਿੰਦੇ ਆ ਨਾ ਕਿ
ਕੁਰਬਾਨੀ ਉਹ ਮਹਾਨ ਹੁੰਦੀ ਆ ਜਿਸ ਦੇ ਪਿੱਛੇ ਆਦੇਸ਼ ਮਹਾਨ ਹੋਵੇ। ਹੁਣ ਸੰਘਰਸ਼ ਉਹ ਮਹਾਨ ਹੁੰਦਾ ਹੈ ਜੋ ਕਿਸੇ ਆਦੇਸ਼ ਦੀ ਪੂਰਤੀ ਲਈ ਹੋਵੇ। ਨਿਆਂਸ਼ੀਲ ਹੋਣਾ ਗੁਰੂ ਦੇ ਸਿੱਖ ਦਾ ਮੂਲ ਆਸ਼ਾ ਹੈ। ਇਸ ਲਈ ਜਿੱਥੇ ਕਿਤੇ ਵੀ ਉਹ ਜਬਰ, ਜ਼ੁਲਮ, ਅਤਿਆਚਾਰ ਜਾਂ ਧੱਕੇਸ਼ਾਹੀ ਹੁੰਦੀ ਵੇਖਦਾ ਹੈ, ਉਸਦਾ ਵਿਰੋਧ ਕਰਨਾ ਉਹ ਆਪਣਾ ਪਰਮ ਕਰਤੱਵ ਸਮਝਦਾ ਹੈ। ਨਤੀਜੇ ਵਜੋਂ ਸ਼ਹੀਦੀ ਵੀ ਦੇਣੀ ਪੈ ਸਕਦੀ ਹੈ। ਸਿੱਖ ਇਤਿਹਾਸ ਅਜਿਹੀਆਂ ਸ਼ਹੀਦੀਆਂ ਦੇ ਨਾਲ ਭਰਿਆ ਪਿਆ ਹੈ। ਇਹ ਚੀਜ਼ਾਂ ਸੋਚ ਕੇ ਬਾਬਾ ਜੀ ਨੂੰ ਜਦੋਂ ਗੁਰੂ ਸਾਹਿਬ ਨੇ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਤੋਰਿਆ ਇੱਕ ਆਦੇਸ਼ ਦੇ ਕੇ, ਉਹਨਾਂ ਨੂੰ ਵੀ ਪਤਾ ਸੀ ਵੀ ਐਡੀ ਵੱਡੀ ਅਸੀਂ ਸਲਤਨਤ ਨੂੰ ਚੈਲੇਂਜ ਕਰਨਾ। ਪਰ ਤੁਸੀਂ ਇਹ ਦੇਖ ਲਓ ਕਿ ਸਰਹੰਦ ਵਿੱਚ ਜਦੋਂ ਇਹਨਾਂ ਨੇ ਉਹਦੀ ਇੱਟ ਦੀ ਇੱਟ ਖੜਕਾਈ, ਪਰ ਉੱਥੇ ਕੋਈ ਵੀ ਜਿਹੜੀ ਕਿਸੇ ਤਰ੍ਹਾਂ ਦੀ ਪੁਸਤਕਾਲਿਆ ਸੀ ਜਾਂ ਕੋਈ ਵਿੱਦਿਅਕ ਕਿਸੇ ਤਰ੍ਹਾਂ ਦੀ ਅਸਾਰੀ ਸੀ ਜਾਂ ਕੋਈ ਮਸਜਿਦ ਸੀ, ਉਹਦੇ 'ਤੇ ਆਂਚ ਨਹੀਂ ਆਈ। ਜਦਕਿ ਦੂਜੇ ਪਾਸੇ ਜਦੋਂ ਭਾਰਤੀ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਹਮਲਾਵਾਰਾ ਵਾਂਗੂ, ਇਹਨਾਂ ਨੇ ਸਾਡੇ ਜਾਂਦੇ ਜਾਂਦੇ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਪਹਿਲੇ ਤਾਂ ਲੁੱਟਿਆ, ਫਿਰ ਉਹਨੂੰ ਅੱਗ ਲਾ ਕੇ ਗਏ। ਉਹ ਜਿਹੜਾ ਸਾਡਾ ਵਡਮੁੱਲਾ ਇਤਿਹਾਸ ਲੈ ਗਏ, ਸ਼ਾਇਦ ਉਸ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਆਦੇਸ਼ ਵੀ ਲਿਖਿਆ ਹੋਇਆ ਹੋਵੇ ਜੋ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਨਾਲ ਲੈ ਕੇ ਆਇਆ ਸੀ। ਪਰ ਉਹ ਸਾਡੀਆਂ ਵਿਰਾਸਤਾਂ, ਸਾਡੀਆਂ ਇੱਦਾਂ ਦੀਆਂ ਇਤਿਹਾਸਿਕ ਨਿਸ਼ਾਨੀਆਂ ਦਾ ਅੱਜ ਤੱਕ ਥੋਂ ਪਤਾ ਨਹੀਂ ਲੱਗਿਆ। ਪਤਾ ਨਹੀਂ ਕਿੰਨੀ ਵਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਸਾਡਾ ਵਿਰਾਸਤ ਖਾ ਗਿਆ, ਅਤੇ ਜਿਹਨੂੰ ਇਹ ਕਹਿੰਦੇ ਸਾਡਾ ਮਾਣ ਮੱਤਾ ਇਤਿਹਾਸ ਆ, ਇਹਨਾਂ ਦੀਆਂ ਭਾਈਵਾਲ ਸਰਕਾਰਾਂ ਰਹੀਆਂ, ਈਵਨ ਕਾਂਗਰਸ ਦੇ ਵਿੱਚ ਵੀ ਸਿੱਖ ਲੀਡਰਸ ਨੇ ਇਹਨਾਂ ਦੀ ਲੰਮਾ ਚਿਰ ਸੈਂਟਰ 'ਚ ਸਰਕਾਰਾਂ ਰਹੀਆਂ, ਕਦੀ ਇਹਨਾਂ 'ਚ ਜੁੜਤ ਨਹੀਂ ਹੋਈ। ਜਿਹੜੇ ਹੁਣ ਕਹਿੰਦੇ ਆ ਵੀ ਛਿੱਕੇ ਛੱਡਦੇ ਫਿਰਦੇ ਆ, ਕਦੀ ਇਹਨਾਂ ਨੇ ਮੰਗ ਕਰਨੀ ਚਾਹੀ? ਜਦੋਂ ਇਹਨਾਂ ਦੀ ਭਾਈਵਾਲ ਸਰਕਾਰਾਂ, ਉਹ ਪਰਿਵਾਰ ਜਿਨ੍ਹਾਂ ਨੂੰ ਵੀ ਅੱਜ ਰੱਬ ਮੰਨਦੇ ਨੇ, ਕਦੀ ਉਹਨਾਂ ਅੱਗੇ ਖੜ ਕੇ ਕਹਿ ਸਕਣ ਕਿ ਸਾਡੀ ਉਹ ਵਿਰਾਸਤ ਤਾਂ ਮੜਵਾ ਦਿਉ? ਹੁਣ ਮੈਂ ਕਿਹਾ ਸੀ ਜਦੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੱਲੋਂ ਇਹ ਦੱਸਿਆ ਜਾ ਰਿਹਾ, ਪ੍ਰਚਾਰਿਆ ਜਾ ਰਿਹਾ ਕਿ ਮੈਂ ਤਾਂ ਬਹੁਤ ਸਿੱਖਾਂ ਨਾਲ ਲਗਾ ਰੱਖਦਾ, ਅਤੇ ਫਿਰ ਇਹ ਜਿਹੜੇ ਸਾਨੂੰ 84 ਦੇ ਜ਼ਖਮ ਦਿੱਤੇ ਨੇ ਉਸ ਟਾਈਮ ਦੀ ਸਰਕਾਰ ਨੇ, ਜਿੱਥੇ ਅੱਜ ਜਿਵੇਂ 25 ਜੂਨ ਆ, ਇਸ ਦਿਨ ਐਮਰਜੈਂਸੀ ਲਾਈ ਗਈ ਸੀ 1975 ਦੇ ਵਿੱਚ, ਜਿਹਨੂੰ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇੱਕ ਕਾਲਾ ਦਿਨ ਕਹਿੰਦੇ ਆ, ਪਰ ਉਸ ਦੇ ਮੁਕਾਬਲੇ 'ਚ ਅੱਜ ਇਹ ਦੁਨੀਆਂ ਦੇ ਇੰਡੈਕਸ ਕਹਿ ਰਹੇ ਨੇ, ਵਰਲਡ ਦੀਆਂ ਮਤਲਬ ਕਿ ਰਿਸਪੈਕਟਡ ਆਰਗਨਾਈਜੇਸ਼ਨ ਕਹਿ ਰਹੀਆਂ ਨੇ ਕਿ ਅੱਜ ਇੰਡੀਆ ਦੇ ਵਿੱਚ ਅਨਡਿਕਲੇਅਰਡ ਐਮਰਜੈਂਸੀ ਆ। ਉਹ ਜਿਹੜੀਆਂ ਜੰਜੀਰਾਂ ਨੇ ਉਹ ਸਾਨੂੰ ਦਿਖਾਈ ਨਹੀਂ ਦਿੰਦੀਆਂ, ਪਰ ਜਿਨ੍ਹਾਂ ਦੇ ਸੁਧਾ ਭਾਰਤਵਾਜ ਵਰਗੇ, ਗੌਤਮ ਨਵਲਖਿਆ ਵਰਗੇ, ਵਾਰਾ ਵਾਰਾ ਰਾਓ ਹੁਣਾਂ ਵਰਗਿਆਂ ਦੇ ਪੈਰਾਂ 'ਚ ਸੰਗਲ ਪਾਏ ਹੋਏ ਨੇ, ਸਟੈਨ ਸਵਾਮੀ ਵਰਗੇ ਬਿਰਧ ਅਵਸਥਾ 'ਚ ਜੇਲ੍ਹਾਂ 'ਚ ਹੀ ਆਪਣਾ ਦਮ ਤੋੜ ਗਏ, ਈਵਨ ਜਿਹੜੇ ਅੰਬੇਦਕਰ ਦੇ ਰਿਸ਼ਤੇਦਾਰ ਆ ਡਾਕਟਰ ਆਨੰਦ ਟੈਬਲ ਤੁੰਬੇ, ਉਹ ਵਿਚਾਰੇ ਜੇਲ੍ਹਾਂ 'ਚ ਸੜ ਰਹੇ ਨੇ, ਉਹਨਾਂ 'ਤੇ ਕਿਸ ਤਰ੍ਹਾਂ ਦੇ ਝੂਠੇ ਕੇਸ ਬਣਾਏ ਹੋਏ ਨੇ। ਇਹ ਹੁੰਦਾ ਅਨਡਿਕਲੇਅਰਡ ਐਮਰਜੈਂਸੀ, ਉਦੋਂ ਡਿਕਲੇਅਰਡ ਐਮਰਜੈਂਸੀ ਸੀ। ਪਰ ਕਦੀ ਮੈਂ ਸਵਾਜ ਨਹੀਂ ਸੁਣੀ ਕਿ ਸ਼੍ਰੋਮਣੀ ਅਕਾਲੀ ਦਲ ਉਹ ਕਹਿੰਦਾ ਵੀ ਅਸੀਂ ਜੀ ਬੜੀ ਵੱਡੀ ਜੰਗ ਲੜੀ ਐਮਰਜੈਂਸੀ ਦੇ ਖਿਲਾਫ, ਅੱਜ ਇਹਨਾਂ ਦੇ ਮੂੰਹ ਕਿਉਂ ਸੀਤੇ ਹੋਏ? ਕਿਉਂ ਇਹਨਾਂ ਨੂੰ ਉਹ ਦਿਖਾਈ ਨਹੀਂ ਦੇ ਰਿਹਾ? ਕਿਉਂ ਇਹ ਇਕੱਲੀਆਂ ਸੂਰਤਾਂ ਅਤੇ ਆਪਣੇ ਪਹਿਰਾਵਿਆਂ ਦੀ ਸਿਆਸਤ ਵਿੱਚ ਖੜ੍ਹੇ ਆ? ਸਾਡਾ ਮਾਣ ਮੱਤਾ ਦਰਬਾਰ ਸਾਹਿਬ ਦੇ ਵਿੱਚ ਅਕਾਲੀ ਦਲ ਦਾ ਆਫਿਸ ਹੁੰਦਾ ਸੀ, ਇਹਨਾਂ ਨੇ ਆਪਣੀ ਪਛਾਣ ਵਧਾਉਣ ਲਈ ਉਹ ਵੀ ਆਫਿਸ ਚੱਕ ਕੇ ਇਹ ਚੰਡੀਗੜ੍ਹ ਲਿਆਏ, ਕਿਉਂਕਿ ਇਹ ਕੋਈ ਵੀ ਇੱਦਾਂ ਦਾ ਨਿਸ਼ਾਨ ਛੱਡਣਾ ਨਹੀਂ ਸੀ ਚਾਹੁੰਦਾ ਜਿਹੜਾ ਸਾਡੀਆਂ ਜੜ੍ਹਾਂ ਦੇ ਨਾਲ ਜੁੜਿਆ ਹੋਵੇ। ਇਸ ਤਰ੍ਹਾਂ ਦੀਆਂ ਵਿਰਾਸਤਾਂ, ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀਆਂ ਸ਼ਹਾਦਤਾਂ, ਉਹਨਾਂ ਦੇ ਨਾਲ ਦੇ ਸਿੰਘਾਂ ਦੀਆਂ ਸ਼ਹਾਦਤਾਂ, ਜਿਨ੍ਹਾਂ ਨੇ ਆਪਣੀ ਈਨ ਨਹੀਂ ਮੰਨੀ, ਆਪਣਾ ਅਮਾਨ ਤੋਂ ਡੋਲੇ ਨਹੀਂ, ਇਨਸਾਨੀਅਤ ਦਾ ਉਹਨਾਂ ਨੇ ਦੱਸਿਆ ਕਿ ਇਨਸਾਨੀਅਤ ਹੁੰਦੀ ਕੀ ਆ, ਜੇ ਜ਼ੁਲਮ ਵੀ ਹੋਇਆ ਤਾਂ ਉਹਨਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਆ ਅੱਜ ਦੇ ਦਿਨ ਦੀ ਮਹੱਤਤਾ ਹੈ। ਬਿਲਕੁਲ, ਜਿੱਥੋਂ ਤੱਕ ਸਵਾਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਦੇ ਮਾਣ ਮੱਤੇ ਇਤਿਹਾਸ ਨੂੰ ਰੋਲਿਆ ਗਿਆ, ਜਾਂ ਉਸ ਸਿਆਸਤ ਦੇ ਵਿੱਚ ਪੈ ਕੇ ਜੋ ਕੁਛ ਹੋਇਆ,
ਸਾਰਿਆਂ ਨੂੰ ਪਤਾ ਅੱਜ ਵੀ ਹਿਸਾਬ ਮੰਗਿਆ ਜਾਂਦਾ ਆ, ਪਰ ਜਿਵੇਂ ਦੀ ਸਿਆਸਤ ਮੌਜੂਦਾ ਸਮੇਂ ਚੱਲ ਰਹੀ ਹੈ ਗਿੱਲ ਸਾਹਿਬ, ਮੈਂ ਦੇਖ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਕਾਲੀ ਦਲ ਦੇ ਪ੍ਰਤੀ ਏਦਾਂ ਲੱਗਦਾ ਕਿ ਹਰ ਉਹਨਾਂ ਦੀ ਐਕਟੀਵਿਟੀ ਉੱਤੇ ਨਜ਼ਰ ਰੱਖ ਰਹੇ ਨੇ। ਜਿਵੇਂ ਸ਼੍ਰੋਮਣੀ ਕਮੇਟੀ ਨੇ ਇਜਲਾਸ ਸੱਦਿਆ 26 ਜੂਨ ਦਾ, ਉਹਦੇ ਵਿੱਚ ਕੀ ਫੈਸਲਾ ਹੋਣਾ ਹੈ ਚੈਨਲ ਦੇ ਪ੍ਰਸਾਰਣ ਨੂੰ ਲੈ ਕੇ, ਇਹ ਸਾਰੇ ਉੱਤੇ ਹਾਲੇ ਫੈਸਲਾ ਮਤਲਬ ਕਿ ਗੁਪਤ ਹੀ ਆ ਕਿ ਕੀ ਹੋਣਾ। ਪਰ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਕਿ ਚੰਡੀਗੜ੍ਹ 'ਚ ਅਕਾਲੀ ਦਲ ਦੇ ਦਫ਼ਤਰ 'ਚ ਜਿਹੜੀ ਮੀਟਿੰਗ ਹੈ, ਕਹਿੰਦੇ ਜਿਹੜੇ ਧਾਮੀ ਸਾਹਿਬ ਨੇ ਉਹਨਾਂ ਨੂੰ ਤਲਬ ਕੀਤਾ ਗਿਆ, ਉਹਨਾਂ ਨੂੰ ਤਾਂ ਕਹਿੰਦੇ ਬਾਦਲ ਪਰਿਵਾਰ ਵੱਲੋਂ ਲਿਖਿਆ ਲਿਖਾਇਆ ਜਿਹੜਾ ਮਿਲ ਜਾਣਾ ਆ, ਕੱਲ ਨੂੰ ਉਹਨਾਂ ਨੇ ਉਹੀ ਫੈਸਲਾ ਜਿਹੜਾ 26 ਜੂਨ ਦੀ ਬੈਠਕ ਦੇ ਵਿੱਚ ਹੋਣਾ ਉਹ ਸੁਣਾ ਦੇਣਾ ਆ। ਪਰ ਧਾਮੀ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਨਹੀਂ, ਇਹ ਤਾਂ ਸਾਡੀ ਘਰ ਦੀ ਗੱਲ ਸੀ, ਅਸੀਂ ਉਦਾਂ ਆ ਕੇ ਬੈਠੇ ਸੀ, ਬਾਕੀ ਅਸੀਂ ਤੁਹਾਨੂੰ ਇਜਲਾਸ ਤੋਂ ਬਾਅਦ ਦੱਸਾਂਗੇ ਕੀ ਫੈਸਲਾ ਹੁੰਦਾ। ਜਦੋਂ ਇਸ ਤਰ੍ਹਾਂ ਦੇ ਟਵੀਟ ਗੁਰਦੁਆਰਾ ਐਕਟ ਦੀਆਂ ਗੱਲਾਂ ਜਾਂ ਹੋਰ ਸਾਰਾ ਕੁਝ ਆਉਂਦਾ ਆ, ਕਈ ਕਹਿ ਦਿੰਦੇ ਨੇ ਕਿ ਸਰਕਾਰ ਜਿਹੜੀ ਹੈ ਉਹ ਜਾਣ ਬੁੱਝ ਕੇ ਸਿੱਖ ਮਸਲਿਆਂ ਦਖਲ ਅੰਦਾਜ਼ੀ ਕਰ ਰਹੀ ਹੈ। ਪਰ ਹੁਣ ਤੱਕ ਸਿੱਖ ਮਸਲਿਆਂ 'ਚ ਦਖਲ ਅੰਦਾਜ਼ੀ ਕਿਵੇਂ ਹੋਈ, ਉਹਦਾ ਖਾਮਿਆਜ਼ਾ ਕੀ ਭੁਗਤਣਾ ਪਿਆ, ਇਹ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਨੇ। ਐ ਨਾ ਜਿਹੜੇ ਭਗਵੰਤ ਮਾਨ ਚੀਫ ਮਿਨਿਸਟਰ ਪੰਜਾਬ ਨੇ ਨਾ, ਇਹ ਹਜੇ ਵੀ ਆਪਣਾ ਜੋ ਇਹਨਾਂ ਦਾ ਨਾਟਕਕਾਰ ਵਾਲਾ ਜੀਵਨ ਸੀ ਉਹਦੇ 'ਚੋਂ ਬਾਹਰ ਨਹੀਂ ਆ ਸਕੇ। ਇਹ ਸੀਰੀਅਸ ਮੈਟਰਸ ਨੂੰ ਇੱਕ ਤਰ੍ਹਾਂ ਦੇ ਨਾਲ ਛਟਿਆਉਣ ਦੇ ਲਈ ਉਹਨਾਂ ਨੂੰ ਵਿਅੰਗ ਦੇ ਭਾਸ਼ਾ ਵਿੱਚ ਲਿਆਉਂਦੇ, ਕਿਉਂਕਿ ਇਹਨਾਂ ਦਾ ਜਿਹੜਾ ਸੁਪਰੀਮੋ ਆ ਅਰਵਿੰਦ ਕੇਜਰੀਵਾਲ, ਉਹ ਕਹਿੰਦਾ ਵੀ ਜੇ ਕਿਤੇ ਸਾਡੇ ਨੋਟਾਂ 'ਤੇ ਗਣੇਸ਼ ਦੀ ਫੋਟੋ ਲੱਗ ਜੇ, ਲਕਸ਼ਮੀ ਦੀ ਲੱਗ ਜੇ, ਤਾਂ ਸਾਡੀ ਜਿਹੜੀ ਇਕੋਨਮੀ ਦੀ ਦਿਸ਼ਾ ਬਦਲ ਜੂਗੀ, ਜੋ ਕਿ ਬੜੀ ਬੁਰੀ ਤਰ੍ਹਾਂ ਕਰਜ਼ਈ ਹੋਣ ਵੱਲ ਵੱਧ ਰਹੀ ਹੈ, ਕਿਉਂਕਿ ਇਹ ਪਿਛਲੇ 9 ਸਾਲਾਂ 'ਚ ਜਿਹੜਾ ਕਰਜ਼ਾ ਹੈਗਾ 100 ਲੱਖ ਤੋਂ ਕਰੋੜ ਤੋਂ ਜ਼ਿਆਦਾ ਵਧਿਆ ਹੈਗਾ। ਜਿੱਥੋਂ 67 ਸਾਲ ਦੇ ਵਿੱਚ ਜਿੰਨਾ ਕਰਜ਼ਾ ਸੀਗਾ, ਮਤਲਬ ਕਿ 69 ਲੱਖ ਕਰੋੜ ਸੀਗਾ, ਜਿਹੜਾ ਅੱਜ ਵੱਧ ਕੇ 1,69,000 ਕਰੋੜ ਬਣ ਚੁੱਕਿਆ। ਅਤੇ ਦੂਜੇ ਪਾਸੇ ਸੁਖਵਿੰਦਰ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਸਿੱਕਾ ਚਲਾਇਆ ਸੀ, ਉਹ ਫਾਰਸੀ ਦੇ ਵਿੱਚ ਉਹਦੇ ਪਤਾ ਕੀ ਲਿਖਿਆ ਹੋਇਆ ਸੀਗਾ, ਮੈਂ ਚੰਦ ਲਵਸ ਦੱਸਦਾ ਤੁਹਾਨੂੰ। ਸਿੱਕਾ ਜਦ ਬਰਹਾਰ ਦੋ ਆਲਮ, ਤੇਗ ਨਾਨਕ ਬਾਹਦ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹ ਸ਼ਹਾਨ, ਫਾਜ਼ਲ ਸੱਚਾ ਸਾਹਿਬ ਅਸਤ। ਇਹਦੇ ਮਤਲਬ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਿੱਕਾ ਮਾਰਿਆ ਦੋ ਜਹਾਨ ਉੱਤੇ, ਬਖਸ਼ਾਂ ਬਖਸ਼ੀਆਂ ਨਾਨਕ ਦੀ ਦੇਗ ਨੇ ਜੀ, ਫਤਿਹ ਸ਼ਾਹ ਸ਼ਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਜੀ, ਰਾਜਧਾਨੀ ਦੀ ਉਸਤਤ ਵਿੱਚ ਇਹ ਸ਼ਬਦ ਲਿਖੇ ਗਏ ਸੀ। ਇੱਕ ਪਾਸੇ ਆਪਾਂ ਕੀ ਲਿਖਿਆ ਛੱਡ ਕੇ ਗਿਆ ਸਾਨੂੰ ਇਤਿਹਾਸ, ਜਿਹਨੇ 700 ਸਾਲ ਦੀ ਗੁਲਾਮੀ ਲਾਈ ਸੀ ਪੰਜਾਬ ਦੇ ਗਲੋਂ, ਏਡੇ ਏਡੇ ਵੱਡੀ ਮੁਗਲ ਸਲਤਨਤ ਨੂੰ ਉਹਨੇ ਜੜੋਂ ਅਖਾੜਨ ਦਾ ਆਪਣਾ ਉਪਰਾਲਾ ਕਾਮਯਾਬ ਵੀ ਰਿਹਾ। ਇਹ ਕੀ ਲਿਖਦਾ, ਜਿਹੜੇ ਗਣੇਸ਼ ਲਕਸ਼ਮੀਆਂ ਦੀਆਂ ਫੋਟੋਆਂ ਦੇ ਰਾਹੀਂ ਆਪਣੀ ਇਕੋਨਮੀ ਚਲਾਉਣਾ ਚਾਹੁੰਦੇ ਹੋਣ, ਉਹਨਾਂ ਨੇ ਇਹ ਸਿੱਖਿਆ ਇਹਨਾਂ ਸਿੱਕਿਆਂ ਦੀ ਜਿਹੜੀ ਲਿਖੀ ਹੋਈ ਲੈਂਗੁਏਜ ਆ ਭਾਵੇਂ ਫਾਰਸੀ 'ਚ, ਇਹਨਾਂ ਨੇ ਕਦੀ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ। ਸੋ ਇਸ ਲਈ ਮੈਂ ਅਪੀਲ ਕਰਦਾ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਕਿ ਹਰ ਇੱਕ ਚੀਜ਼ ਵਿਅੰਗ ਨਹੀਂ ਹੁੰਦਾ। ਯੂ ਆਰ ਸਿਟਿੰਗ ਇਨ ਏ ਵੈਰੀ ਰਿਸਪੈਕਟੇਬਲ ਪੋਜੀਸ਼ਨ, ਉਸ ਪੋਜੀਸ਼ਨ ਦਾ ਤੁਹਾਨੂੰ ਮਾਣ ਰੱਖਣਾ ਤੁਹਾਡੀ ਬਹੁਤ ਵੱਡੀ ਇਹ ਹੈਗੀ ਆ ਕਿ ਇਹ ਤੁਹਾਡਾ ਲੋੜ ਆ, ਤੁਹਾਡੀ ਇਹ ਮੋਰਲ ਡਿਊਟੀ ਵੀ ਹੈ। ਠੀਕ ਆ, ਤੁਸੀਂ ਆਪਣਾ ਪਰਸਨਲ ਜੀਵਨ ਜਿੱਦਾਂ ਮਰਜ਼ੀ ਜੀਓ, ਦੈਟ ਹੈਜ਼ ਨਥਿੰਗ ਟੂ ਡੂ ਵਿਦ ਐਨੀਬੋਡੀ ਐਲਸ, ਅਤੇ ਨੋਟ ਯੂ ਸ਼ੁੱਡ ਬੀ ਕੁਸ਼ਚਨਡ ਅਬਾਊਟ ਇਟ, ਕਿਉਂਕਿ ਇਹ ਅਕਸਰ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਉਹਨਾਂ ਪ੍ਰਤੀ ਇੱਕ ਬਹੁਤ ਮਾੜਿਆ ਲਫ਼ਜ ਵਰਤਿਆ ਸੀਗਾ, ਉਹ ਮੇਰਾ ਖਿਆਲ ਉਹਨਾਂ ਨੂੰ ਵੀ ਇਸ ਬਾਰੇ ਅਫਸੋਸ ਕਰਨਾ ਚਾਹੀਦਾ। ਵੀ ਆਰ ਲਿਵਿੰਗ ਇਨ ਏ ਸੱਭਿਅਕ ਸਮਾਜ, ਅਤੇ ਜਿਹੜੇ ਆਪਣੇ ਲੀਡਰ ਲੈਂਗੁਏਜ ਯੂਜ ਕਰ ਰਹੇ ਨੇ ਉਹ ਹਮੇਸ਼ਾ ਬਹੁਤ ਹੱਦ ਤੱਕ ਅਸੱਭਿਅਕ ਹੁੰਦੀ ਆ। ਤੁਸੀਂ ਇਹਨਾਂ ਦੇ ਵਿੱਚ ਠੀਕ ਆ, ਇਹ ਆਪਣਾ ਆਪਾਂ ਨੂੰ ਪਤਾ ਕਿ SGPC ਆਪਣਾ ਮੋਰਲ ਸਟੈਟਸ ਗੁਆ ਚੁੱਕੀ ਆ, ਕਿਉਂਕਿ ਉਹਨਾਂ ਦੀ ਇੱਕ ਤਾਂ ਮਿਆਦ ਖਤਮ ਹੋ ਗਈ ਆ, ਇੱਕ ਜੋ ਉਹਨਾਂ ਦੀਆਂ ਮੋਰਲ ਜ਼ਿੰਮੇਵਾਰੀਆਂ ਬਣਦੀਆਂ ਸੀਗੀਆਂ, ਇੱਕ ਚੈਨਲ ਜਿਹਦੇ ਕਿ ਮੋਰੈਲਿਟੀ ਦੇ ਕੁਸ਼ਚਨਸ ਨੇ ਬਿਊਟੀ ਪੈਜੈਂਟ ਕਰਕੇ, ਉਹਨਾਂ ਦਾ MD ਉਸ ਚੈਨਲ ਦਾ ਜੇਲ੍ਹ ਕੱਟ ਕੇ ਆਇਆ, ਹਜੇ ਕੇਸ ਚੱਲ ਰਿਹਾ ਉਸ ਬਾਰੇ, ਉਹ ਕੁੜੀ ਨੂੰ ਬੜੀ ਬੁਰੀ ਤਰ੍ਹਾਂ ਦਬਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਉਹਦੀ ਆਵਾਜ਼ ਬੰਦ ਕਰ ਦਿੱਤੀ ਜਾਵੇ, ਕੋਈ ਵਕੀਲ ਉਹਦੇ ਲਈ ਖੜਾ ਨਹੀਂ ਹੋਣ ਦਿੱਤਾ ਜਾ ਰਿਹਾ।
उस चैनल दे राही साड़ी गुरबाणी का प्रसारण हो रहा कि असी इन्ना थक हंब गए हैं कि साढ़े को इन्नी सरमाया नहीं है कि असी अपनी ब्रॉडकास्टिंग कारपोरेशन खड़ी नहीं कर सके। अज भी आप खड़ी करन दा यतन नहीं कर रहे, अज भी आप बोली ला रहे हैं मंडी दे विच कि इन्होंने टेंडर मंगी है। कहिंदे इन्ना 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 अमान वाले ने कुफर तौल तोलिया कि कुफर तो भी हौला अमान हो गया। आ बाबा देख तेरा पंजाब अज वीरान हो गया, साढ़े गुरुआ का राखा साढ़े घर का राखा मुड़ शैतान हो गया। आई हालात है, मतलब कि ठीक है। मैं अच बाबा बंदा सिंह बहादुर के एड्डी वीडी शहादत के दिन से बोल रहा, मैं सोचना कि साड़ी नौजवानी नू ये पता होना चाहिए कि साड़ा किड्डा मान मत्ता इतिहास आ, क्योंकि साड़ी नौजवानी नू इस तरह बरगलाया जा रहा लोगों नू कि एक एक्सीडेंट के बंदे नू दस्या जा रहा कि कौमी शहीद आ, मतलब कि आ साड़ा लैवल। तो दूजा मैं थानू शहीद दसता कि शहादत हुंदी की आ, इत्थे कोई जिंदा शहीद बनया फिरदा कोई किस तरह की अपने आप को चीची ते लहू ला के अपने आप को कुरबानी वाला दसदा हैगा, ते जिन्ना ने अंग अंग टोटे टोटे करके जिन्ना नू शहादतां दित्तियां उन्होंने कभी मत्थे ते कभी वट नहीं पाया, चेहरे तो कभी मुस्कान जान नहीं दित्ती। अपने कोले इदां दा लम्मा इतिहास आ, तुसीं देख लो जनरल हरी सिंह नलवे का जीवन इन्ना बुरी तरह इंजर्ड होने तो बाद भी उन्हें जमरौत ते किला छड़िया, आखिरी दम तक लड़िया ते मतलब के मैदान चो बाहर नहीं होया। ये नहीं कि उन्हें अपनी फौज अगे भेजी, वो आप अगे होके जाके उन्हें फौज की कमांड संभाली सी, जिस तरह के महाराजा रणजीत सिंह भी संभालदा रहा। तुसी सोच सकते हैं कि अज के हुक्मरान कोई मोर्चा होगा अगे लगनगे, अज तक दिखा दो जिहड़ा इह कहिंदे आ कि साडा एडा जिहड़ा हैगा जत्थेदार एडा महान अकाल तख्त साहब दा किसी मोर्चे उन्होंने लीड किया हो, किसी जरा जुलम जिथे हो रहा होवे बिलकिस बानो का होवे साडा बगराड़ी दे विच गुरु साहब दे किस तरह जिहड़े पन्ने सी ओ खलारे गए, अंग अंग खले मतलब कि मिट्टी विच मलाए गए, कदी उत्थे गए? गल्लां आपां करदे हैगे बहुत वड्डियां, वो जिहड़ी टैंपोरल साडी सीट आ संबोलिक साडा पावर का चिन्ह सीगा, उहदे सेवादार नूं आपां दसदे आ कि उह साडा सुप्रीम, हाउ कैन दैट बी। ते दूजे मैं एडे बदवान चंडीगढ़ दे देखदा कि उह सिख वी कौन हो सकदा, किवें हो सकदा, उस रहत मर्यादा जां तां फिर कह दो वी इरादा रहत मर्यादा, जां फिर इहदे बारे एक्सप्लेन कर दन पक्की तौर ते वी सिख कौन हो सकदा। गिल साहब जदों असीं सिख मसलियां ते नज़र मारदे आ, मैं जिवें मुढ़दे विच कहा सीगा कि पाकिस्तान दे विच जां कैनेडा च जां विदेशां च रहिंदे सिखां दे जो दिन प्रति कतल हो रहे ने, जिहड़े मोरलियां सफां दे विच ने, जिन्हां दी चर्चा बहुत है, वह भावें खालिस्तानी एक्टिविटीज़ दे नाल जुड़े ने जां पाकिस्तान दे विच अपना व्यापार घर बार चला रहे ने उन्हां नाल जुड़े, ये अपने आप दे विच की एक अलार्मिंग सिचुएशन नहीं? अमृतपाल दे घरवाली दे भरा दी इनवॉल्वमेंट जिहड़ी है वह कैनेडा दे विच अंबैसी दे ग्रनेड हमले नूं लैके पाई गई है, NIA इस मामले च हरकत दे विच आ, ठीक है, वह अमृतपाल दा रिश्तेदार है, तो उन्हें जे एक सिख दे नाते आपां देखिए, जे एक सिख होने दे नाते देखिए तो एक बहुत वड्डा मैटर बन जाता है कि यह जदों खबरां साढ़े सामने आउंदियां तां उसनूं किस तरीके दे नाल समझिया जावे कि यह वाकई ਕਿਸੇ ਸਾਜਿਸ਼ ਦਾ ਹਿੱਸਾ, ਜਿਵੇਂ ਹਰਦੀਪ ਸਿੰਘ ਨਿੱਜਰ ਦੀ ਮੌਤ ਹੋਈ ਉਸ ਤੋਂ ਪਹਿਲਾਂ ਖੰਡਾ ਦੀ ਹੋਈ ਤੇ ਹੁਣ ਕਾਰਜਕਾਰੀ ਜਥੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇੱਥੇ ਚਿੰਤਾ ਕਰਕੇ ਬਿਆਨ ਜਾਰੀ ਕੀਤਾ ਆਪਣਾ। ਇਹ ਹੈ ਨਾ ਕਿ ਮਸਲੇ ਤੋ ਜ਼ਿੰਦਗੀ ਮੇ ਰੋਜ਼ ਆਤੇ ਹੈ ਮਗਰ ਜ਼ਿੰਦਗੀ ਕੇ ਮਸਲੋਂ ਕਾ ਹੱਲ ਨਿਕਾਲਣਾ ਚਾਹੀਏ। ਠੀਕ ਹੈ ਸਾਡੇ ਗੰਭੀਰ ਮਸਲੇ ਨੇ, ਬੜੀਆਂ ਟ੍ਰੈਜਿਕ ਡੈਥਸ ਹੋਈਆਂ ਨੇ ਲੇਕਿਨ ਉਹਨਾਂ ਦੇ ਕੀ ਕਾਰਨ ਨੇ ਕੀ ਨਹੀਂ ਹੋ ਸਕਦਾ ਇਹ ਤਾਂ ਹੁਣ ਉਹਨਾਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਊਗਾ। ਇਹ ਵੀ ਮੈਂ ਕਹਿੰਦਾ ਕਿ ਜਿਸ ਤਰ੍ਹਾਂ ਦਾ ਰਾਊਡੀ ਪ੍ਰੋਟੈਸਟ ਕੀਤੇ ਗਏ ਬਾਹਰਲੀਆਂ ਇੰਡੀਆ ਦੀਆਂ ਅੰਬੈਸੀਆਂ ਦੇ ਅੱਗੇ, ਉਹ ਵੀ ਸਾਡਾ ਜਿਹੜੀ ਸਿੱਖ ਦੀ ਪਛਾਣ ਨੂੰ ਨੀਵਾਂ ਕਰਦੇ ਆ।
ਤੁਸੀਂ ਮਣੀਪੁਰ ਚ ਦੇਖੋ ਕਿੱਡਾ ਵੱਡਾ ਦਖਾਂਤ ਵਾਪਰ ਹੈ। ਉਸ ਦੇ ਬਾਵਜੂਦ ਜਿਹੜਾ ਕਿ ਨਿਸ਼ਾਨਾ ਬਣ ਰਹੀ ਹੈ ਇੱਕ ਕਮਿਊਨਿਟੀ, ਮੇਰਾ ਇੱਕ ਦੋਸਤ ਜਨੇਵਾ ਗਿਆ ਸੀਗਾ 2 ਦਿਨ ਪਹਿਲੇ, ਉਹ ਉੱਥੇ ਮੀਂਹ 'ਚ ਝੱਖੜ ਦੇ ਵਿੱਚ ਉਹਨਾਂ ਨੇ UN ਦੇ ਹੈੱਡਕੁਆਟਰ ਅੱਗੇ ਆਪਣਾ ਟੈਂਟ ਲਾਇਆ ਹੋਇਆ ਛੋਟਾ ਜਿਹਾ, ਉਹਦੇ ਉੱਤੇ ਇਸ਼ਤਿਹਾਰ ਲਾਏ ਹੋਏ ਆ ਵੀ ਸਾਡੀ ਐਥਨਿਕ ਕਲਿਨਸਿੰਗ ਹੋ ਰਹੀ ਆ, ਸਾਡੀ ਆਵਾਜ਼ ਸੁਣੇ ਯੂਨਾਈਟਿਡ ਨੇਸ਼ਨਸ। ਅਤੇ ਉਸਦਾ ਫਿਰ ਉਹਨੇ ਟੈਂਟ ਵਿੱਚ ਵੀ ਮੇਰਾ ਜਿਹੜਾ ਵਾਕ ਵਾ ਉਹ ਉੱਥੇ ਗਿਆ, ਉਹਨਾਂ ਨਾਲ ਗੱਲ ਵੀ ਕੀਤੀ ਸਾਰਿਆਂ ਨਾਲ ਵੀ ਤੁਹਾਡੇ ਨਾਲ ਕੋਈ ਸਿੱਖ ਕੌਮ 'ਚੋਂ ਬੰਦਾ ਖੜਾ ਜਾਂ ਕੋਈ ਆਇਆ, ਕਿਉਂਕਿ ਆਪਾਂ ਅਕਸਰ ਫੋਟੋਆਂ ਦੇਖਦੇ ਰਹਿੰਦੇ ਅਖਬਾਰਾਂ 'ਚ ਕਿ ਅੱਜ ਸਾਡੇ ਸਿੱਖ ਕੌਮ ਦੇ ਨੁਮਾਇੰਦੇ ਜਿਹੜੇ ਆ UN ਦੇ ਅੱਗੇ ਪ੍ਰੋਟੈਸਟ ਕਰ ਰਿਹਾ ਜਨੇਵਾ 'ਚ। ਉਹ ਕਹਿੰਦਾ ਮੈਂ ਅਸੀਂ ਕਦੀ ਨਹੀਂ ਦੇਖਿਆ, ਪਰ ਅਸੀਂ ਇੱਥੇ ਲੰਮੇ ਸਮੇਂ ਦੇ ਬੈਠੇ ਹਾਂ, ਹੁਣ ਸਾਡੀ ਉਹਨਾਂ ਦੇ ਬੁਰੂਆਂ ਤੱਕ ਆਵਾਜ਼ ਜਾਣ ਲੱਗੀ ਆ। ਜਿਹੜੀਆਂ ਕੌਮਾਂ ਨੇ ਹੱਕ ਹਾਸਲ ਕਰਨੇ ਹੁੰਦੇ ਆ ਨਾ, ਉਹਨਾਂ ਦੇ ਉਪਰਾਲੇ ਜਿਹੜੇ ਹੁੰਦੇ ਆ ਹਮੇਸ਼ਾ ਪੋਜ਼ਿਟਿਵ ਹੁੰਦੇ ਆ, ਸਾਡੇ ਜਿਹੜੇ ਉਪਰਾਲੇ ਨੇ ਹਮੇਸ਼ਾ ਅਗਰੈਸਿਵ ਨੇਚਰ ਦੇ ਨੇ, ਜਦਕਿ ਅਸੀਂ ਹੈ ਤਾਂ ਵਿਕਟਮ। ਜੇ ਹੁਣ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ US 'ਚ ਗਏ, ਠੀਕ ਆ ਸਿੱਖ ਡਾਇਸਪੋਰਾ ਨੇ ਬਹੁਤ ਮਿਹਨਤ ਕੀਤੀ, ਬੜਾ ਉਪਰਾਲਾ ਕੀਤਾ ਜਿਹਦੇ ਕਰਕੇ 75 ਸੈਨੇਟਰਸ ਅਤੇ ਕਾਂਗਰਸ ਰੈਪ੍ਰਜੈਂਟੇਟਿਵਸ ਨੇ ਆਪਣੇ US ਪ੍ਰੈਜੀਡੈਂਟ ਨੂੰ ਇੱਕ ਲੈਟਰ ਲਿਖੀ ਕਿ ਜਿਹੜੇ ਇੱਥੇ ਸਾਡੇ ਭਾਰਤ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਵਾਇਓਲੇਸ਼ਨ ਦੇ, ਹਿਊਮਨ ਡਿਗਨਿਟੀਜ਼ ਦੇ, ਵੈਲਿਊ ਆਫ ਲਾਈਫ ਦੇ, ਸਿਵਿਕ ਸੁਸਾਇਟੀ ਨੂੰ ਦਬਾਇਆ ਜਾ ਰਿਹਾ, ਪ੍ਰੈਸ ਫਰੀਡਮ ਦਾ ਮਾਮਲਾ ਹੈਗਾ, ਉਹਦੇ ਬਾਰੇ ਉਹ ਜ਼ਰੂਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ, ਜੋ ਗੱਲਬਾਤ ਪ੍ਰੈਜੀਡੈਂਟ ਜੋ ਬਾਈਡਨ ਨੇ ਕੀਤੀ ਵੀ ਆ। ਅਤੇ ਜਦੋਂ ਉਹਨਾਂ ਨੂੰ ਪ੍ਰੈਸ ਜਦੋਂ ਹੋਈ ਕਾਨਫਰੰਸ, ਕਿਉਂਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬਹੁਤ ਰੇਅਰਲੀ ਪ੍ਰੈਸ ਦੇ ਨਾਲ ਡਾਇਰੈਕਟ ਇੰਟਰੈਕਸ਼ਨ ਕਰਦੇ ਨੇ, ਪਰ ਉੱਥੇ ਉਹਨਾਂ ਨੂੰ ਕਰਨੀ ਪੈਣੀ ਸੀ। ਉਹ ਵੀ ਫਿਰ ਵੀ ਇਹਨਾਂ ਨੇ ਸ਼ਰਤਾਂ ਲਾਈਆਂ ਕਿ 2 ਕੁਐਸਚਨ ਤੋਂ ਵੱਧ ਨਹੀਂ ਪੁੱਛੇ ਜਾਣਗੇ। ਇੱਕ ਕੁਐਸਚਨ ਜੋ ਵਾਲ ਸਟਰੀਟ ਜਰਨਲ ਦੀ ਕੋਰਸਪੋਂਡੈਂਟ ਸਬਰੀਨਾ ਸਦੀਕੀ ਨੇ ਪੁੱਛਿਆ, ਉਹਦੇ ਨਾਲ ਇੰਨਾ ਵਿਜੀਬਲੀ ਅਪਸੈਟ ਹੋ ਗਏ ਇੰਡੀਆ ਦੇ ਪ੍ਰਾਈਮ ਮਿਨਿਸਟਰ, ਜਿਨ੍ਹਾਂ ਨੇ ਕਿ ਆਪਣੀ ਬਰਵਾਡੋ ਦਿਖਾਈ, ਕਿਵੇਂ ਉੱਥੇ ਸਾਰਾ ਔਰਕੈਸਟਡ ਕਰਕੇ ਦੂਰੋਂ ਦੂਰੋਂ ਜਿਹੜੇ ਹੈਗੇ ਇੰਡੀਅਨਸ ਨੂੰ ਉੱਥੋਂ ਫਲਾਈ ਆਊਟ ਕਰਾ ਕੇ ਵਾਸ਼ਿੰਗਟਨ DC 'ਚ ਇਕੱਠਾ ਕਰਾਇਆ ਗਿਆ, ਤਾਂ ਕਿ ਦਿਖਾਇਆ ਜਾਵੇ ਕਿ ਇਹ ਬਹੁਤ ਇਸ ਲੀਡਰ ਦੀ ਬਹੁਤ ਵੱਡੀ ਪਛਾਣ ਆ, ਬਹੁਤ ਲੋਕ ਪ੍ਰਿਆ ਨੇ, ਇਹ ਸਾਰਾ ਔਰਕੈਸਟਡ ਸੀਗਾ। ਇਹ ਤਾਂ ਹੁਣ ਸਾਰੀਆਂ ਰਿਪੋਰਟਸ ਬਾਹਰ ਆ ਰਹੀਆਂ ਨੇ। ਸਮ ਹਾਓ ਇੰਡੀਆ ਦੇ ਵਿੱਚ ਪ੍ਰੈਸ ਨੂੰ ਇੰਨੀ ਫਰੀਡਮ ਨਹੀਂ ਕਿ ਉਹ ਇੰਨਾ ਖੁੱਲ੍ਹ ਕੇ ਇਸ ਬਾਰੇ ਦੱਸ ਸਕਣ। ਜੇ ਤੁਸੀਂ ਇੰਟਰਨੈਸ਼ਨਲ ਪ੍ਰੈਸ ਜਾਓਗੇ ਤਾਂ ਤੁਹਾਨੂੰ ਖਬਰਾਂ ਇਹ ਬਾਹਰ ਆ ਰਹੀਆਂ ਨੇ। ਉਸ ਹੁਣ ਰਿਪੋਰਟਰ ਨੂੰ ਇੰਨਾ ਟਰੋਲ ਕੀਤਾ ਜਾ ਰਿਹਾ, ਜਿਹੜੇ ਕਿ ਕਹਿੰਦੇ ਆ ਵੀ ਅਸੀਂ ਭਾਰਤ ਮਾਤਾ ਦੇ ਸਪੂਤ ਹਾਂ, ਅਸੀਂ ਵੀਰ ਸਰਵਾਰਕਰ ਜਿਹੜਾ ਹੈਗਾ ਸਾਡਾ ਹੀਰੋ ਆ, ਜਿਹਦਾ ਹੀਰੋ ਸੀਗਾ ਨਾਜ਼ੀ ਹਿਟਲਰ ਅਤੇ ਮੁਸਲਿਮ, ਉਹ ਅੱਜ ਸਾਡੇ ਨਾਇਕ ਬਣ ਰਿਹਾ, ਸਭ ਇਹਨਾਂ ਨੂੰ ਫਾਦਰ ਆਫ ਦਾ ਨੇਸ਼ਨ ਬਣਾਇਆ ਜਾ ਰਿਹਾ, ਮਹਾਤਮਾ ਗਾਂਧੀ ਨੂੰ ਸਟੈਪ ਫਾਦਰ ਬਣਾਇਆ ਜਾ ਰਿਹਾ। ਇਹ ਆਹ ਪੋਜੀਸ਼ਨ ਹੈਗੀ ਆ। ਉੱਥੇ ਭਗਵੰਤ ਮਾਨ ਚੀਫ ਮਿਨਿਸਟਰ ਆ ਕੇ ਵਿਅੰਗ ਕਰਕੇ ਕੋਈ ਸਟੇਟਮੈਂਟ ਦੇ ਰਿਹਾ, ਟਵੀਟ ਕਰ ਰਹੇ ਹੈਗੇ ਆ, ਕੋਈ ਇੱਥੇ ਛੱਕੇ ਛੱਡ ਰਿਹਾ ਹੈਗਾ। ਜਿਹੜੇ ਇਸ਼ੂਜ਼ ਨੇ, ਮਤਲਬ ਕਿ ਸੀਰੀਅਸ ਇਸ਼ੂਜ਼, ਉਹਨਾਂ ਬਾਰੇ ਆਪਾਂ ਗੱਲ ਨਹੀਂ ਕਰਨੀ ਚਾਹੁੰਦੇ। ਆਪਾਂ ਇੱਥੇ ਪਹਿਰਾਵਿਆਂ ਦੀ ਸਿਆਸਤ ਲਈ ਲੜ ਰਹੇ ਹਾਂ, ਆਪਣਾ ਇੱਕ ਮੰਡੀ ਲਾਉਣ ਲਈ, ਉਹਦੀਆਂ ਰਾਈਟਸ ਲਈ ਲੜ ਰਹੇ ਹੈਗੇ। ਦੈਟ ਇਜ਼ ਦਾ ਪਿਟੀਫੁਲ ਸਿਚੁਏਸ਼ਨ ਇਨ ਪੰਜਾਬ। ਇਹ ਲੋਕਾਂ ਨੂੰ ਮੈਂ ਅਪੀਲ ਕਰਦਾ, ਪੰਜਾਬ ਦਿਆਂ ਨੂੰ ਹਜੇ ਵੀ ਮੋੜਾ ਮੋੜ ਲਓ, ਆਓ ਆਪਾਂ ਇਕੱਠੇ ਹੋਈਏ, ਇੱਕ ਫਰੰਟ ਬਣਾਈਏ। ਅਤੇ ਅੱਜ ਦੁਬਾਰਾ ਜਿਹੜੇ ਇੱਥੇ ਦਿੱਲੀ ਦੇ ਬਾਬੂਆਂ ਦਾ ਇੱਥੇ ਰਾਜ ਆ, ਇਹਦੇ ਤੋਂ ਨਿਜਾਤ ਪਾਈਏ। ਗਿੱਲ ਸਾਹਿਬ, ਆਖਰੀ ਆ ਕਿ ਜੋ ਕੁਝ ਰਸ਼ੀਆ ਦੇ ਵਿੱਚ ਹੋ ਰਿਹਾ, ਆਪਾਂ ਦੇਖਿਆ ਕਿ ਰੂਸ ਦੇ ਵਿੱਚ ਵਲਾਦੀਮਿਰ ਪੁਤਿਨ ਦੇ ਖਿਲਾਫ਼ ਜਾਂ ਉਹਨਾਂ ਦੇ ਜਿਹੜੇ ਵਿਦੇਸ਼ ਮੰਤਰੀ ਨੇ, ਸ਼ਾਇਦ ਰੱਖਿਆ ਮੰਤਰੀ, ਕਿ ਉਹਨਾਂ ਦੇ ਖਿਲਾਫ਼ ਜਿਸ ਤਰੀਕੇ ਦੀ ਬਗਾਵਤ ਸ਼ੁਰੂ ਹੋਈ ਆ, ਕਹਿ ਦਿੱਤਾ ਜਾ ਰਿਹਾ ਹੈ ਕਿ ਸ਼ਾਇਦ ਇਸ ਬਗਾਵਤ ਨੂੰ ਕੁਚਲ ਦਿੱਤਾ ਜਾਏਗਾ। ਪਰ ਜਿਸ ਤਰੀਕੇ ਨਾਲ ਉਹ ਜਿਹੜੀ ਨਿੱਜੀ ਆਰਮੀ ਹੈ, ਉਹ ਵੀ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਖੜੇ ਕਰਦੀ ਆ ਕਿ ਉਹਨੂੰ ਕਿਵੇਂ ਵਰਤਿਆ ਗਿਆ ਜਾਂ ਉਹਨੂੰ ਕਿਵੇਂ ਅੱਗੇ ਲਾਇਆ ਗਿਆ, ਇੰਨਾ ਪਾਵਰਫੁਲ ਕਿਵੇਂ ਬਣਾ ਦਿੱਤਾ ਗਿਆ। ਜਿਹੜਾ ਵੈਗਨਰ ਗਰੁੱਪ ਆ ਨਾ, ਬੇਸਿਕਲੀ ਉਹ ਮਰਸਨਰੀਜ਼ ਨੇ, ਪਰ ਉਹਨਾਂ ਨੂੰ ਕ੍ਰੀਏਟ ਕੀਤਾ ਗਿਆ, ਇੰਨਾ ਪਾਵਰਫੁਲ ਬਣਾਇਆ ਗਿਆ,
ਉਹ ਵੀ ਰਸ਼ੀਅਨ ਪ੍ਰੈਜ਼ੀਡੈਂਟ ਦੀ ਬਹੁਤ ਵੱਡੀ ਦੇਣ। ਹੁਣ ਉਹਨਾਂ ਨੂੰ ਇੰਟਰਨਲ ਸਾਰੇ ਸਟਰਕਚਰ ਦਾ ਪਤਾ, ਰਸ਼ੀਆ ਦੇ ਵਿੱਚ ਜਿਹੜੀ ਜ਼ਮੀਨੀ ਪੱਧਰ 'ਤੇ ਦਿਖਾਈ ਨਹੀਂ ਦੇ ਰਿਹਾ, ਵੈਸੇ ਬਹੁਤ ਵੱਡੇ ਪੱਧਰ 'ਤੇ ਅਨਰੈਸਟ ਹੈਗੀ ਉੱਥੇ। ਉੱਥੇ ਨਾਮੀ ਬੰਦੇ ਨਾਵਲੀਨੀ ਅਰਗੇ ਇਹਨਾਂ ਨੇ ਬੇਲੋੜੇ ਨਜਾਇਜ਼ ਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਧੱਕਿਆ ਹੋਇਆ। ਪਹਿਲੇ ਉਹਨੂੰ ਪੋਇਜ਼ਨ ਵੀ ਦਿੱਤੀ ਸੀ, ਉਹ ਜਰਮਨੀ 'ਚ ਆ ਕੇ ਆਪਣਾ ਇਲਾਜ ਕਰਕੇ, ਫਿਰ ਵੀ ਉਹ ਆ ਹੁੰਦੇ ਆ ਬੰਦੇ, ਉਹ ਵਾਪਸ ਰਸ਼ੀਆ ਆਇਆ ਜਦਕਿ ਉਹਨੂੰ ਪਤਾ ਸੀ ਇੱਥੇ ਤੈਨੂੰ ਸ਼ੋਰਲੀ ਅਰੈਸਟ ਕਰਕੇ ਜੇਲ੍ਹ 'ਚ ਬੰਦ ਰੱਖਣਗੇ। ਤਾਂ ਵੀ ਉਹ ਵਾਪਸ ਮੋਸਕੋ ਆਇਆ। ਉਹ ਇੱਕ ਸੋਸ਼ਲ ਐਕਟਿਵਿਸਟ ਆ, ਪੋਲੀਟੀਕਲ ਓਪੋਨੈਂਟ ਆ ਪ੍ਰੈਜ਼ੀਡੈਂਟ ਪੁਟਿਨ ਦਾ। ਉਹਨੇ ਉਹਨਾਂ ਨੂੰ ਇਲੈਕਟੋਰਲੀ ਚੈਲੇਂਜ ਕਰਨਾ ਚਾਹੁੰਦਾ, ਪਰ ਉਹਦੀ ਆਵਾਜ਼ ਦਬਾਈ ਜਾ ਰਹੀ। ਇਸ ਤਰ੍ਹਾਂ ਦੇ ਬਹੁਤ ਬੰਦੇ ਨੇ ਜਿਹੜੇ ਉਹਨਾਂ ਦੀ ਗੁਲਾਗ ਦੇ ਵਿੱਚ, ਜਿਵੇਂ ਪਹਿਲੇ ਸਟੈਲਿਨ ਐਰਾ ਵੇਲੇ ਸੀਗਾ ਜਾਂ ਜਦੋਂ ਉੱਥੇ ਸੋਵੀਅਤ ਯੂਨੀਅਨ ਸੀ, ਉਸ ਤਰ੍ਹਾਂ ਦਾ ਵਰਤਾਰਾ ਸੀ। ਉਸੇ ਵਰਤਾਰੇ ਦੇ ਵਿੱਚੋਂ ਹੀ ਪ੍ਰੈਜ਼ੀਡੈਂਟ ਪੁਟਿਨ ਨਿਕਲਿਆ ਹੈਗਾ, ਜਿਹਨੇ ਕਿ ਆਪਣੇ ਆਪ ਨੂੰ ਹੁਣ ਤਾਂ ਉਮਰ ਦਾ ਪ੍ਰੈਜ਼ੀਡੈਂਟ ਡਿਕਲੇਅਰ ਕੀਤਾ ਹੋਇਆ। ਪਰ ਜਿਹੜੀ ਲੋਕਾਂ ਦੀ ਅਨਰੈਸਟ ਆ, ਉਹਦੇ ਬਾਰੇ ਵੈਗਨਰ ਹੁਣਾਂ ਗਰੁੱਪ ਵਾਲਿਆਂ ਨੂੰ ਵੀ ਪਤਾ ਹੈਗਾ। ਇਸ ਕਰਕੇ ਉਹਨਾਂ ਨੇ ਯੂਕਰੇਨ ਤਾਂ ਇੱਕ ਬਹਾਨਾ ਸੀਗਾ, ਅਲਟੀਮੇਟ ਉਹਨਾਂ ਦਾ ਏਮ ਆ ਕਿ ਅਸੀਂ ਰਸ਼ੀਆ ਦੀ ਸੱਤਾ ਹਾਸਲ ਕਰਨੀ ਆ। ਕੱਲ੍ਹ ਉਹਨਾਂ ਨੇ ਇੱਕ ਅਟੈਂਪਟ ਕੀਤੀ ਆ, ਇਹਦੇ ਨਾਲ ਇਹ ਹੈਗਾ ਕਿ ਜਿਹੜੀ ਰਸ਼ੀਅਨ ਯੂਕਰੇਨ ਵਾਰ ਆ, ਇਹ ਹੋਰ ਡੇਂਜਰਸ ਮੋੜ ਕੱਟੂਗੀ। ਇਹ ਇੱਕ ਦੁਨੀਆ ਲਈ ਵੀ ਖਤਰਾ ਬਣਦੀ ਜਾ ਰਹੀ ਆ, ਜਿਵੇਂ ਵੈਸਟ ਰਸ਼ੀਆ ਨੂੰ ਘੇਰ ਰਿਹਾ ਹੈਗਾ ਸਾਰੇ ਪਾਸਿਆਂ ਤੋਂ। ਦੂਜੇ ਪਾਸੇ ਇਸ ਤਰ੍ਹਾਂ ਦੇ ਮਰਸਨਰੀਜ਼ ਜਿਹੜੇ ਕਿ ਵਿਦਾਊਟ ਸਟੇਟ ਵਿਦਇਨ ਸਟੇਟ ਆਪਣੇ ਆਪ 'ਚ ਇੱਕ ਸਟੇਟ ਬਣ ਰਹੇ ਨੇ, ਪਾਵਰ ਬਣ ਰਹੇ ਨੇ, ਜਿਹੜੇ ਕਿ ਅੰਡਰ ਨੋ ਰੂਲਸ ਨੇ, ਨੋ ਲੋਸ ਹੈਗੇ ਆ, ਉਹਨਾਂ ਦੇ ਆਪਣੇ ਕਾਨੂੰਨ ਨੇ। ਜਿਸ ਤਰ੍ਹਾਂ IS ਦਾ ਪ੍ਰਗਟਾਵਾ ਹੋਇਆ ਸੀ ਇਸਲਾਮਿਕ ਵਰਲਡ ਦੇ ਵਿੱਚ, ਇਹ ਉਸ ਤਰ੍ਹਾਂ ਦੀ ਮਤਲਬ ਕਿ ਹੈਗੇ ਆ ਸਨੈਰੀਓ। ਪਰ ਇਹ ਕਿਉਂਕਿ ਇਹਨਾਂ ਦੇ ਰੰਗ ਫਰਕ ਨੇ, ਇਹਨਾਂ ਦੀ ਜਿਹੜੀ ਹੈਗੀ ਆ ਰਿਲੀਜਨ ਫਰਕ ਹੈਗਾ, ਇਹਨਾਂ ਨੂੰ ਉਸ ਤਰ੍ਹਾਂ ਹਊਆ ਬਣਾਇਆ ਨਹੀਂ ਜਾ ਰਿਹਾ ਜਿਵੇਂ ਉਹਨਾਂ ਨੂੰ ਬਣਾਇਆ ਗਿਆ, ਪਰ ਹੈ ਉਹਦੀ ਐਗਜੈਕਟ ਇਹ ਕਾਪੀ। ਇਹ ਵੈਸਟ ਦੇ ਤਾਲਿਬਾਨਸ ਨੇ ਜਿਹੜੇ ਕਿ ਹੁਣ ਆਪਣਾ ਦੱਸ ਰਿਹਾ ਕਿ ਸਾਡੇ ਕੋਲ ਜਿਹੜੀ ਤਾਕਤ ਹੁਣ ਦਿੱਤੀ ਆ ਰਸ਼ੀਆ ਦੇ, ਅਸੀਂ ਉਸ ਤਾਕਤ ਰਾਹੀਂ ਸੱਤਾ ਹਥਿਆਉਣਾ ਚਾਹੁੰਦੇ ਹਾਂ। ਵਲਾਡੀਮਿਰ ਪੁਟਿਨ ਜਿਹੜਾ ਪ੍ਰੈਜ਼ੀਡੈਂਟ ਆ ਰਸ਼ੀਆ ਦਾ, ਉਹਨੂੰ ਕਿਤੇ ਸੇਫ ਥਾਂ 'ਤੇ ਜਾ ਕੇ ਰਹਿਣਾ ਪੈ ਰਿਹਾ, ਉਹਨੂੰ ਕੈਪੀਟਲ ਛੱਡਣੀ ਪਈ ਆ। ਇੰਨਾ ਡੇਂਜਰਸ ਸਨੈਰੀਓ ਹੈਗਾ ਇਹ, ਕਿਤੇ ਵੀ ਜੇ ਟ੍ਰਿਗਰ ਹੋ ਗਈ ਵਾਰ, ਕੋਈ ਮਿਸਟੇਕ ਹੋ ਗਈ, ਇਟ ਕੁਲ ਟਰਨ ਇਨ ਟੂ ਏ ਨਿਊਕਲੀਅਰ ਵਾਰ, ਕਿ ਜਿਹੜੀ ਸਾਰੇ ਯੂਰਪ ਲਈ ਵੀ ਅਤੇ ਸਾਰੀ ਦੁਨੀਆ ਲਈ ਵੀ ਥਰੈਟ ਆ। ਇਸ ਤਰ੍ਹਾਂ ਦੀ ਗੱਲ ਬਾਰੇ ਜਦੋਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਪੁੱਛਿਆ ਜਾਂਦਾ ਪ੍ਰੈਸ ਵਿੱਚ, ਤਾਂ ਇਹਨਾਂ ਦੀ ਕੋਈ ਕਿਸੇ ਤਰ੍ਹਾਂ ਦਾ ਵੀ ਇਹ ਪੱਖ ਲੈਣ ਤੋਂ ਜਾਂ ਇਸ ਨੂੰ ਕੰਡੈਮ ਕਰਨ ਤੋਂ ਇਹ ਕਿਸੇ ਤਰ੍ਹਾਂ ਦੀ ਕੋਈ ਸਟੇਟਮੈਂਟ ਨਹੀਂ ਦਿੰਦੇ। ਜਿਸ ਤਰ੍ਹਾਂ ਕਿ ਮਨੀਪੁਰ 'ਚ ਜੋ ਐਥਨਿਕ ਕਲਿਨਸਿੰਗ ਹੋ ਰਹੀ ਆ, ਉੱਥੇ ਅੱਗ ਲੱਗੀ ਹੋਈ ਆ, ਜਿਹਦੀ ਫਰਿਆਦ ਲੈ ਕੇ ਇਹਨਾਂ ਦੇ ਨੁਮਾਇੰਦੇ ਮਨੀਪੁਰ ਦੇ ਲੋਕ ਜਨੇਵਾ 'ਚ ਬੈਠੇ ਨੇ, ਇਹਨਾਂ ਨੇ ਇੱਕ ਵੀ ਕੋਈ ਸਟੇਟਮੈਂਟ ਨਹੀਂ ਆਈ, ਕੋਈ ਕਿਸੇ ਤਰ੍ਹਾਂ ਦਾ ਇੱਦਾਂ ਦਾ ਪ੍ਰਗਟਾਵਾ ਨਹੀਂ ਹੋਇਆ ਕਿ ਪ੍ਰਾਈਮ ਮਿਨਿਸਟਰ ਇਸ ਗੱਲਾਂ ਬਾਰੇ ਵਰਡ ਨੇ। ਜੋ ਕੁਛ ਉੱਤਰਾਖੰਡ ਦੇ ਵਿੱਚ ਹੋ ਰਿਹਾ ਉਹ ਵੀ ਇਸੇ ਤਰ੍ਹਾਂ ਦੇ ਪ੍ਰਗਟਾਵੇ ਨੇ, ਜਿਹੜੇ ਕਿ ਵੈਗਨਰ ਹੁਣਾਂ ਵਰਗੇ ਗਰੁੱਪ ਜਿਹੜੇ ਨੇ ਉਹ ਵਿਦਨ ਰਸ਼ੀਆ ਦੇ ਵਿੱਚ ਕਰ ਰਹੇ ਨੇ। ਠੀਕ ਹੈ, ਇਹਨਾਂ ਕੋਲ ਹਥਿਆਰ ਹੈ ਨਹੀਂ ਜਿਹੜੇ ਇੱਥੇ ਉੱਤਰਾਖੰਡ ਵਿੱਚ ਹੈਗੇ ਨੇ, ਵਿਜੀਲੈਂਟ ਹੈ ਤਾਂ ਵਿਜੀਲੈਂਟੇ ਗਰੁੱਪ ਸੀ ਨਾ, ਉਹ ਥੋੜ੍ਹਾ ਵੱਡੇ ਪੱਧਰ 'ਤੇ ਆ, ਹਥਿਆਰ ਬੰਦ ਨੇ, ਪਹਿਲੇ ਤੋਂ ਮਰਸਨਰੀਜ਼ ਨੇ। ਉਹਨਾਂ ਨੇ ਅਫਰੀਕਾ ਵਿੱਚ ਵੀ ਕਈ ਰਜੀਮਸ ਦੀ ਇਸ ਤਰ੍ਹਾਂ ਮਦਦ ਕੀਤੀ ਹੈਗੀ ਆ, ਉਹਨਾਂ ਨੂੰ ਹੋਰ ਵੀ ਥਾਵਾਂ 'ਤੇ ਰਸ਼ੀਆ ਵੱਲੋਂ ਭੇਜਿਆ ਜਾਂਦਾ ਰਿਹਾ ਟੂ ਕ੍ਰੀਏਟ ਟ੍ਰਬਲ ਇਨ ਅਦਰ ਕੰਟਰੀਜ਼। ਥੈਂਕ ਯੂ।